ਦਵਿੰਦਰ ਦੇ ਕਰਕੇ ਸਾਲਿਆ ਤੇਰੇ ਸਾਹ ਸੁੱਕੇ ਸੀ ਅੰਦਰ ਸਾਲਿਆ। ਉਹਦੇ ਸਾਲਿਆ ਪੁਲਿਸ ਨੇ ਧੋਖੇ ਦੇ ਨਾਲ ਚੁੱਕ ਕੇ ਐਨਕਾਊਂਟਰ ਕਰਤਾ ਉਹਦਾ, ਤੇ ਤੈਨੂੰ ਸਾਲਿਆ ਕਿਤੇ ਚੈਨ ਆਇਆ। ਉਹ ਅੱਜ ਦਾ ਯੂਥ ਇਸ ਰਾਹ ਤੇ ਤੁਰਨਾ ਚਾਹੁੰਦਾ ਹੈਗਾ ਜਾਂ ਸਿਰਫ ਇਹ ਚਮਕ ਦਮਕ ਵਾਲੀ ਦੁਨੀਆ ਵੱਲ ਦੇਖ ਕੇ ਆਪਦੀ ਘਰ ਦੀ ਬਰਬਾਦੀ ਕਰਨਾ ਚਾਹੁੰਦਾ ਹੈਗਾ, ਉਹ ਦਿਨ ਤੋਂ ਉਹਦੀ ਮਾਂ ਤੋਂ ਜਾ ਕੇ ਪੁੱਛੋ ਦਵਿੰਦਰ ਬੰਬੀਹੇ ਦੀ ਮੌਤ ਤੋਂ ਬਾਅਦ ਕੌਣ ਆਉਂਦਾ ਹੈਗਾ, ਕੌਣ ਆਉਂਦਾ ਘਰੇ, ਤੁਹਾਨੂੰ ਫਿਰ ਪਤਾ ਲੱਗੂਗਾ। ਬਹੁਤ ਲੋਕ ਨੇ ਜਿਹੜੇ ਤੁਹਾਡੇ ਨਾਲ ਫੋਨ ਤੇ ਗੱਲਾਂ ਕਰਕੇ 5 ਮਿੰਟਾਂ ਦੇ ਵਿੱਚ ਤੁਹਾਡਾ ਮਾਇੰਡ ਵਾਸ਼ ਕਰਕੇ ਤੁਹਾਨੂੰ ਅਸਲੇ ਚੁਕਾ ਦੇਣਗੇ, ਤੁਹਾਡੇ ਤੋਂ ਕੰਮ ਕਰਵਾ ਲੈਣਗੇ, ਪਰ ਬਾਅਦ ਦੇ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਜਦੋਂ ਤੁਸੀਂ ਕਿਸੇ ਬਗਾਨੇ ਦੀ ਗੋਲੀ ਨਾਲ ਸ਼ਿਕਾਰ ਹੋ ਗਏ ਜਾਂ ਕਿਸੇ ਪੁਲਿਸ ਦੀ ਟੀਮ ਦੀ ਗੋਲੀ ਦਾ ਸ਼ਿਕਾਰ ਹੋ ਗਏ। ਤੁਸੀਂ ਆਪ ਤਾਂ ਖਤਮ, ਤੁਹਾਡਾ ਸਾਰਾ ਪਿੱਛੇ ਪਰਿਵਾਰ ਵੀ ਖਤਮ ਹੋ ਜਾਊਗਾ। ਤੁਸੀਂ ਉਹ ਲੁਧਿਆਣੇ ਸੰਜੂ ਜਿਹੜਾ ਇੱਕ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀਗਾ, ਉਹਦੇ ਪਿਤਾ ਦੀ ਤੁਸੀਂ ਹਾਲਤ ਦੇਖੀ ਸੀ, ਉਹਨੇ ਘਰ ਦਿਖਾਇਆ ਸੀਗਾ ਵੀ ਲੋਕ ਕਹਿੰਦੇ ਮੇਰਾ ਪੁੱਤ ਫਰੌਤੀਆਂ ਮੰਗਦਾ ਸੀ, ਐਕਸਟ੍ਰੋਸ਼ਨਾਂ ਮੰਗਦਾ ਸੀ, ਮੇਰੇ ਘਰ ਦੇ ਹਾਲਾਤ ਦੇਖ ਲਓ ਵੀ ਮੈਂ ਕਿੱਥੇ ਕਲਾਇਆ ਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਤੇ ਫੇਸਬੁੱਕ ਪੇਜ ਤੇਜਪ੍ਰੀਤ ਟਾਕ ਤੇ। ਅੱਜ ਉਹੀ ਲੜੀ ਦਾ ਇੱਕ ਹੋਰ ਭਾਗ ਤੁਹਾਡੇ ਸਾਹਮਣੇ ਲੈ ਕੇ ਆਇਆ। ਇਹ ਭਾਗ ਅਖੀਰਲਾ ਗਾ ਦਵਿੰਦਰ ਬੰਬੀਹਾ ਦੀ ਕਹਾਣੀ ਦਾ ਗਾ, ਦਵਿੰਦਰ ਬੰਬੀਹਾ ਦਾ ਤੇ ਸ਼ਰਨੀ ਸੇਵਿਆਲਾ ਦਾ ਲੁਧਿਆਣੇ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਗਾ। ਦਵਿੰਦਰ ਬੰਬੀਹਾ ਇੱਕ ਵਾਰ ਫਿਰ ਤੋਂ ਅਰੈਸਟ ਹੋ ਜਾਂਦਾ ਗਾ ਤੇ ਸਰਨੀ ਉੱਥੋਂ ਫਰਾਰ ਹੋ ਜਾਂਦਾ ਗਾ, ਯਾਨੀ ਕਿ ਨਿਕਲਣ ਦੇ ਵਿੱਚ ਕਾਮਯਾਬ ਹੋ ਜਾਂਦਾ। ਬਹੁਤ ਲੋਕ ਜਿਹੜੇ ਦਵਿੰਦਰ ਨੂੰ ਸਮਝਦੇ ਸੀਗੇ ਸੇਵਿਆਲਾ ਪਿੰਡ ਦੇ ਜਾਂ ਜੈਤੋ ਦੇ ਨੇੜੇ ਤੇੜੇ ਏਰੀਏ ਦੇ ਵੀ ਇਹ ਮੁੰਡਾ ਬਾਹਰੋਂ ਆਇਆ ਵਾ, ਜਦੋਂ ਦਵਿੰਦਰ ਫੜਿਆ ਜਾਂਦਾ ਗਾ ਅਖਬਾਰਾਂ 'ਚ ਖਬਰ ਲੱਗਦੀ ਆ ਤਾਂ ਉਦੋਂ ਪਤਾ ਲੱਗਦਾ ਵੀ ਇਹ ਮੁੰਡੇ ਨੇ ਹੀ ਜੈਤੋ ਦੋ ਕਤਲਾਂ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ਦਵਿੰਦਰ ਦਾ 3rd degree ਟੋਰਚਰ ਹੁੰਦਾ, ਜਿਹੜਾ ਪੁਲਿਸ ਦਾ ਵਤੀਰਾ ਹੁੰਦਾ ਗਾ ਉਹ ਬਹੁਤ ਭਾਰੂ ਹੁੰਦਾ ਦਵਿੰਦਰ ਤੇ। ਸੁਣਨ ਦੇ ਵਿੱਚ ਇਹ ਵੀ ਆਇਆ ਗਾ ਕਿ ਜੋ ਜੋ ਦਵਿੰਦਰ ਨੂੰ ਸਵਾਲ ਕੀਤੇ ਜਾਂਦੇ ਹੈਗੇ ਇੰਟੈਰੋਗੇਸ਼ਨ ਦੇ ਵਿੱਚ, ਤਾਂ ਦਵਿੰਦਰ ਇੱਕੋ ਹੀ ਗੱਲ ਕਹਿੰਦਾ ਹੁੰਦਾ ਗਾ ਵੀ ਮੈਨੂੰ ਨਹੀਂ ਪਤਾ, ਸਰਨੀ ਨੂੰ ਪਤਾ ਸਭ। ਜਾਂ ਜੋ ਉਹ ਤੋਂ ਪੁੱਛਿਆ ਜਾਂਦਾ ਹੁੰਦਾ ਵੀ ਤੇਰੇ ਕੋਲ ਹਥਿਆਰ ਕਿੱਥੇ ਆ, ਉਹ ਸਰਨੀ ਕੋਲ ਆ। ਜਿਸ ਦਿਨ ਦਵਿੰਦਰ ਦਾ ਰਿਮਾਂਡ ਖਤਮ ਹੁੰਦਾ ਉਹਨੂੰ ਜੇਲ੍ਹ ਭੇਜਣਾ ਹੁੰਦਾ ਗਾ, ਕੁਦਰਤੀ ਉਸੇ ਦਿਨ ਹੀ ਸਰਨੀ ਫੜਿਆ ਜਾਂਦਾ ਗਾ ਤੇ ਦਵਿੰਦਰ ਦੇ ਰਿਮਾਂਡ ਦੇ ਵਿੱਚ ਫਿਰ ਵਾਧਾ ਹੋ ਜਾਂਦਾ ਗਾ, ਫਿਰ ਦਵਿੰਦਰ ਤੇ ਟੋਰਚਰ ਹੁੰਦਾ ਗਾ 3rd degree। ਉਹਦੇ ਦਿਮਾਗ ਦੇ ਵਿੱਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਵੀ ਪੁਲਿਸ ਕੁੱਟਦੀ ਬਹੁਤ ਆ ਜਾਂ ਪੁਲਿਸ ਤਸ਼ੱਦਦ ਬਹੁਤ ਕਰਦੀ ਹੈ। ਲੁਧਿਆਣੇ ਦਵਿੰਦਰ ਜਦੋਂ ਜੇਲ੍ਹ ਦੇ ਵਿੱਚ ਜਾਂਦਾ ਗਾ ਤਾਂ ਜੇਲ੍ਹ ਦੇ ਵਿੱਚ ਇਹਦੀ ਮੁਲਾਕਾਤ ਹੁੰਦੀ ਆ ਕਰਮਵੀਰ ਦਿਓ ਨਾਲ ਤੇ ਗੁਗਨੀ ਗਰੇਵਾਲ ਨਾਲ, ਗੁਗਨੀ ਗਰੇਵਾਲ ਮਿਹਰਵਾਨ ਨਾਲ। ਕਰਮਵੀਰ ਦਿਓ ਉਹੀ ਆ ਜੋ ਲੋਰੈਂਸ ਬਿਸ਼ਨੋਈ ਦੇ ਨਾਲ ਬਹੁਤ ਟਾਈਮ ਤੋਂ, ਯਾਨੀ ਕਿ ਯੂਨੀਵਰਸਿਟੀ ਦੇ ਟਾਈਮ ਤੋਂ ਅਟੈਚ ਸੀਗਾ ਤੇ ਅੱਜ ਉਹ ਅਮੈਰੀਕਾ ਗਾ, ਜਿਹਦੇ ਵਿਆਹ ਦੇ ਵਿੱਚ ਕਰਨ ਔਜਲੇ ਤੇ ਸ਼ੈਰੀ ਮਾਨ ਦੀ ਵੀਡੀਓ ਵਾਇਰਲ ਹੋਈ ਸੀ ਤੇ ਨਾਲੇ ਅਨਮੋਲ ਬਿਸ਼ਨੋਈ ਭੰਗੜਾ ਪਾ ਰਿਹਾ ਸੀਗਾ। ਉਧਰੋਂ ਦੂਜੇ ਪਾਸੇ ਰਵੀ ਸਰਪੰਚ ਖਵਾਜ ਕੇ ਗਲ ਦੀ ਹੱਡੀ ਬਣਿਆ ਹੁੰਦਾ ਗੁਗਨੀ ਗਰੇਵਾਲ ਦੀ, ਜੋ ਕਿ ਮੈਂ ਪਿਛਲੇ ਵੀਡੀਓ ਦੇ ਵਿੱਚ ਦੱਸਿਆ ਗਾ ਵੀ ਇਹਨਾਂ ਦੀ ਕੁਹਾੜੇ ਗੋਲੀ ਚੱਲਦੀ ਹੈਗੀ ਪਹਿਲਾਂ, ਫਿਰ ਕਾਲੀ ਹਵਾਸ ਦਾ ਵੀ ਕਤਲ ਹੁੰਦਾ ਗਾ। ਰਵੀ ਖਵਾਜ ਕੇ ਕੋਲੇ ਉਸ ਟਾਈਮ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਧਰੂ ਦੋਦਰ, ਜੈਪਾਲ ਚੰਦੂ ਵਰਗੇ ਬਹੁਤ ਵੱਡੇ ਚਿਹਰੇ ਹੱਥ ਲੱਗੇ ਹੋਏ ਸੀਗੇ। ਕਿਤੇ ਨਾ ਕਿਤੇ ਗੁਗਨੀ ਗਰੇਵਾਲ ਨੂੰ ਵੀ ਇਹ ਹੈਗਾ ਸੀਗਾ ਭੈ ਵੀ ਜੇ ਇਹ ਬੰਦਾ ਕਿਸੇ ਹਿਸਾਬ ਨਾਲ ਢਹੂਗਾ ਤਾਂ ਫਿਰ ਮੇਰਾ ਜਿਹੜਾ ਹੈਗਾ ਸਰਕਲ ਥੋੜਾ ਲੰਮਾ ਚੌੜਾ ਹੋਊਗਾ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਇਹ ਲੜਾਈਆਂ ਵਿਰਚਸਪ ਦੀਆਂ ਬਣੀਆਂ ਹੋਈਆਂ ਨੇਗੀਆਂ, ਪੱਗ ਦੀਆਂ ਬਣੀਆਂ ਹੋਈਆਂ ਨੇ ਵੀ ਆਪਣਾ ਨਾਂ ਜਾਂ ਵਿਰੋਧੀਆਂ ਦਾ ਨਾਂ, ਇਹ ਬਸ ਲੜਾਈ ਦਾ ਕਾਰਨ ਮੇਨ ਹੈਗਾ। ਪਰ ਰਵੀ ਨਾਲ ਹੋਰ ਵੀ ਜਾਣੀ ਕਿ ਮਸਲੇ ਸੀਗੇ ਕੁਛ। ਦਵਿੰਦਰ ਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਤੂੰ ਰਵੀ ਸਰਪੰਚ ਖਵਾਜ ਕੇ ਦਾ
ਕੰਮ ਕਰਨਾ, ਜਾਣੀ ਕਿ ਰਵੀ ਸਰਪੰਚ ਖਵਾਜਕੇ ਦਾ ਕਤਲ ਕਰਨਾ। ਦਵਿੰਦਰ ਨੂੰ ਟਾਰਗੇਟ ਦਿੱਤਾ ਜਾਂਦਾ ਗਾ ਤੇ ਦਵਿੰਦਰ ਹਾਮੀ ਭਰ ਦਿੰਦਾ ਗਾ ਤੇ ਦਵਿੰਦਰ ਫਿਰ ਜੇਲ੍ਹ ਚੋਂ ਫਰਾਰ ਹੁੰਦਾ ਗਾ, ਜਾਣੀ ਕਿ ਬਾਹਲਾ ਲੰਮਾ ਸਮਾਂ ਜੇਲ੍ਹ ਚ ਨਹੀਂ ਰਹਿੰਦਾ ਗਾ, ਉਹ ਕਿਵੇਂ ਨਾ ਕਿਵੇਂ ਫਰਾਰ ਹੋ ਜਾਂਦਾ ਗਾ। ਫਰਾਰ ਹੋਣ ਤੋਂ ਬਾਅਦ ਦਵਿੰਦਰ ਦਾ ਜਿਹੜਾ ਪਹਿਲਾ ਮੇਨ ਵੱਡਾ ਟਾਰਗੇਟ ਸੀਗਾ ਉਹ ਰਵੀ ਸਰਪੰਚ ਖਵਾਜਕੇ ਸੀਗਾ। ਜਾਣੀ ਕਿ ਬਹੁਤ ਲੋਕਾਂ ਨੂੰ ਜਦੋਂ ਰਵੀ ਸਰਪੰਚ ਖਵਾਜਕੇ ਦੇ ਗੋਲੀਆਂ ਵੱਜੀਆਂ ਉਹ ਮਾਰਿਆ ਗਿਆ, ਉਦੋਂ ਪਤਾ ਲੱਗਿਆ ਗਾ ਵੀ ਦਵਿੰਦਰ ਬੰਬੀਹਾ ਨਾਮ ਦਾ ਕੋਈ ਸ਼ਾਰਪ ਸ਼ੂਟਰ ਹੈਗਾ। ਪਰ ਰਵੀ ਸਰਪੰਚ ਖਵਾਜਕੇ ਦੇ ਕਤਲ ਕਰਨ ਤੋਂ ਪਹਿਲਾਂ ਦਵਿੰਦਰ ਬੰਬੀਹਾ ਭਲਵਾਨ ਪਿੰਡ ਚ ਆਉਂਦਾ ਧੂਰੀ ਦੇ ਕੋਲੇ, ਉੱਥੇ ਗੋਲਡੀ ਭਲਵਾਨ ਦਾ ਉਹਨੇ ਕਤਲ ਕਰਨਾ ਹੁੰਦਾ ਗਾ। ਉੱਥੋਂ ਦਵਿੰਦਰ ਬੰਬੀਹਾ ਕਾਮਯਾਬ ਨਹੀਂ ਹੁੰਦਾ ਕਿਸੇ ਕਾਰਨਾਂ ਕਰਕੇ, ਤੇ ਉਸ ਤੋਂ ਬਾਅਦ ਉਹ ਚਲਿਆ ਜਾਂਦਾ ਹੈਗਾ ਵੀ ਇਹਨੂੰ ਟਾਰਗੇਟ ਕਰਨਾ। ਮੁੱਲਾਪੁਰ ਦਾ ਅੱਖਾਂ ਟੂਰਨਾਮੈਂਟ ਚੱਲ ਰਿਹਾ ਹੁੰਦਾ ਗਾ, ਉੱਥੇ ਬੱਬੂ ਮਾਨ ਦਾ ਅਖਾੜਾ ਲੱਗਿਆ ਹੁੰਦਾ ਗਾ। ਜਾਣੀ ਕਿ ਦਵਿੰਦਰ ਦੇ ਵਿੱਚ ਮਚਿਓਰਟੀ ਦੀ ਥੋੜ੍ਹੀ ਕਮੀ ਸੀਗੀ, ਜਾਣੀ ਕਿ ਯੰਗ ਏਜ ਸੀਗਾ, ਤੱਤਾ ਖੂਨ ਜਿਵੇਂ ਆਪਾਂ ਕਹਿ ਦਿੰਦੇ ਹੈਗੇ। ਤੇ ਉਹ ਰਵੀ ਸਰਪੰਚ ਖਵਾਜਕੇ ਨੂੰ ਹਿੱਟ ਕਰਨ ਲਈ ਸਟੇਜ ਤੱਕ ਜਾਣ ਦੀ ਉਹਨੇ ਕੋਸ਼ਿਸ਼ ਕੀਤੀ ਉੱਥੇ, ਕਿਉਂਕਿ ਬੱਬੂ ਮਾਨ ਬਾਰ ਬਾਰ ਅਨਾਊਂਸ ਕਰ ਰਿਹਾ ਸੀਗਾ ਰਵੀ ਸਰਪੰਚ ਖਵਾਜਕੇ ਦਾ ਨਾਂ ਲੈ ਕੇ ਕੁਛ ਗੱਲਾਂ। ਪਰ ਪੁਲਿਸ ਦਾ ਘੇਰਾ ਦੇਖ ਕੇ ਦਵਿੰਦਰ ਵਾਪਸ ਆ ਜਾਂਦਾ ਗਾ ਵੀ ਨਹੀਂ, ਜੇ ਮੈਂ ਚਲਿਆ ਗਿਆ ਤਾਂ ਉੱਪਰ ਤਾਂ ਮੈਨੂੰ ਵਾਪਸ ਆਉਣਾ ਔਖਾ ਹੋਊਗਾ। ਪਰ ਉਹਨੇ ਕੋਸ਼ਿਸ਼ ਕੀਤੀ, ਇਹ ਸੂਤਰ ਦੱਸਦੇ ਹੈਗੇ। ਦਵਿੰਦਰ ਬੰਬੀਹਾ ਨੇ ਰਵੀ ਸਰਪੰਚ ਖਵਾਜਕੇ ਦੀ ਗੱਡੀ ਕੋਲੇ ਖੜ ਕੇ ਉਸਦਾ ਵੇਟ ਕੀਤਾ ਵੀ ਆਊਗਾ, ਮੈਂ ਇੱਥੇ ਦੇ ਗੋਲੀਆਂ ਮਾਰੂੰਗਾ। ਪਰ ਰਵੀ ਸਰਪੰਚ ਬੱਬੂ ਮਾਨ ਦੀ ਗੱਡੀ ਚ ਬਹਿ ਕੇ ਚਲਿਆ ਜਾਂਦਾ ਗਾ, ਦਵਿੰਦਰ ਬੰਬੀਹਾ ਦਾ ਟਾਰਗੇਟ ਮਿਸ ਹੋ ਜਾਂਦਾ ਗਾ। ਕੁਝ ਮਹੀਨੇ ਬਾਅਦ ਟੂਰਨਾਮੈਂਟ ਹੁੰਦਾ ਗਾ ਪੋਲੋ ਮਾਜਰੇ, ਗੋਪੀ ਸਰਪੰਚ ਦੇ ਪਿੰਡ। ਇਹਦੀ ਪਲੈਨਿੰਗ ਹੁੰਦੀ ਹੈ ਵੀ ਮੈਂ ਰਵੀ ਸਰਪੰਚ ਖਵਾਜਕੇ ਨੂੰ ਉੱਥੇ ਗੋਲੀਆਂ ਮਾਰੂੰਗਾ, ਉੱਥੇ ਟਾਰਗੇਟ ਕਰੂੰਗਾ ਵੀ ਇਹਨੇ ਉੱਥੇ ਜਾਣਾ ਗਾ, ਕਿਉਂਕਿ ਰਵੀ ਦਾ ਪੋਲੀਟੀਕਲ ਹੋਲਡ ਵੀ ਚੰਗਾ ਸੀਗਾ ਰਵੀ ਦਾ, ਤੇ ਰਵੀ ਕੋਲੇ ਬੰਦਿਆਂ ਦੀ ਵੀ ਕਮੀ ਨਹੀਂ ਸੀਗੀ, ਇਹ ਗੱਲ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈਗੀ। ਪਰ ਵਿਚਕਾਰ ਇੱਕ ਇਹਨਾਂ ਨੂੰ ਪਤਾ ਲੱਗਦਾ ਗਾ ਵੀ ਬਟਾਰੀ ਪਿੰਡ ਦੇ ਮਣੀ ਦਾ ਵਿਆਹ ਗਾ ਜੋ ਰਵੀ ਸਰਪੰਚ ਖਵਾਜਕੇ ਦਾ ਖਸਮ ਖਾਸ ਸੀ। ਉਸ ਵਿਆਹ ਦੇ ਵਿੱਚ ਦਵਿੰਦਰ ਜਾਂਦਾ, ਉਸ ਵਿਆਹ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਸੀਗੀਆਂ, ਮੈਂ ਨਾਲ ਵੀ ਲਾਈ ਆ, ਮੈਂ ਜਿਹੜਾ ਪਹਿਲਾਂ ਪਾਰਟ ਪਾਇਆ ਗਾ ਉਹਦਾ ਇੱਕ ਟੀਜ਼ਰ ਜਿਹਾ ਬਣਾਇਆ ਸੀ, ਉਹਦੇ ਵਿੱਚ ਵੀ ਮੈਂ ਵੀਡੀਓ ਬਣਾਈ ਆ ਲਾਈ ਆ। ਉੱਥੇ ਜਦੋਂ ਦਵਿੰਦਰ ਵਿਆਹ ਤੇ ਜਾਂਦਾ ਗਾ, ਰਵੀ ਨੇ ਘੱਟੋ ਘੱਟ ਉੱਥੇ ਇੰਨੇ ਕੁ ਬੰਦੇ ਸੱਦੇ ਹੁੰਦੇ ਹੈਗੇ ਅਸਲੇ ਸਮੇਤ, ਜਾਣੀ ਕਿ 80-90 ਅਸਲੇ ਸੀ ਇਹਨਾਂ ਕੋਲੇ, ਅੱਡੋ ਅੱਡ ਗਰੁੱਪ ਆਏ ਹੋਏ ਸੀਗੇ। ਇਹ ਵੀ ਗੱਲ ਸਾਹਮਣੇ ਆਈ ਹੈਗੀ ਵੀ ਉਹ ਜਿਹੜੇ ਗਰੁੱਪ ਸੀ ਵਿੱਚ ਕਈ ਬੰਦਿਆਂ ਦੀ ਆਪਸ 'ਚ ਨਹੀਂ ਬਣਦੀ ਸੀ, ਉਹ ਬੰਦੇ ਆਪਸ 'ਚ ਉੱਥੇ ਜਦ ਵੀ ਪਏ ਸੀਗੇ। ਰਵੀ ਦਾ ਵੀ ਰਸੂਖ ਸੀ, ਇੱਕ ਰਵੀ ਨੇ ਉਹ ਦੋਨੇ ਧੜੇ ਚੁੱਪ ਕਰਾਤੇ ਸੀਗੇ। ਦਵਿੰਦਰ ਉਸ ਵਿਆਹ ਦੇ ਵਿੱਚ ਜਾਂਦਾ ਗਾ, ਵਿਆਹ ਦੇ ਵਿੱਚ ਜਾ ਕੇ ਉੱਥੇ ਸੂਤਰਾਂ ਤੋਂ ਪਤਾ ਲੱਗਿਆ ਵੀ ਦਵਿੰਦਰ ਭੰਗੜਾ ਵੀ ਪਾਉਂਦਾ ਗਾ, ਕਿਉਂਕਿ ਰਵੀ ਸਰਪੰਚ ਖਵਾਜਕੇ ਨੂੰ ਇਹ ਗੱਲ ਪਤਾ ਲੱਗੀ ਸੀਗੀ ਜੇਲ੍ਹ ਦੇ ਵਿੱਚੋਂ ਰਵੀ ਦੇ ਦੋਸਤਾਂ ਵੱਲੋਂ ਵੀ ਤੇਰੇ ਪਿੱਛੇ ਬੰਦੇ ਲੱਗੇ ਹੋਏ ਆ, ਪਰ ਇਹ ਨਹੀਂ ਸੀ ਪਤਾ ਵੀ ਦਵਿੰਦਰ ਬੰਬੀਹਾ ਲੱਗਿਆ ਵਾ ਗਾ। ਕਿਵੇਂ ਨਾ ਕਿਵੇਂ ਘੁੰਮ ਘੁੰਮਾ ਕੇ ਰਵੀ ਸਰਪੰਚ ਨੇ ਕੋਸ਼ਿਸ਼ ਵੀ ਕੀਤੀ ਸੀ ਵੀ ਮੇਰੇ ਮੈਸੇਜ ਦਵਿੰਦਰ ਤੱਕ ਪਹੁੰਚਣ, ਪਰ ਦਵਿੰਦਰ ਦਾ ਗੁਗਣੀ ਗਰਿਆਲ ਮਿਹਰਬਾਨ ਨਾਲ ਵਾਅਦਾ ਕੀਤਾ ਵਾ ਸੀਗਾ, ਕਿਉਂਕਿ ਲੁਧਿਆਣੇ ਜੇਲ੍ਹ ਚ ਉਹਨਾਂ ਨੇ ਦਵਿੰਦਰ ਨੂੰ ਸਾਂਭਿਆ ਸੀਗਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਾ ਵੀ ਦਵਿੰਦਰ ਨੇ ਹਰ ਉਸ ਬੰਦੇ ਦਾ ਕੰਮ ਕੀਤਾ ਗਾ ਜਿਸ ਬੰਦੇ ਨੇ ਉਹਨੂੰ ਜੇਲ੍ਹ ਦੇ ਵਿੱਚ ਸ਼ੈਂਪੂ ਵੀ ਦਿੱਤਾ ਗਾ, ਉਹ ਮੈਂ ਅੱਗੇ ਜਾ ਕੇ ਫਿਰ ਦੱਸੂਗਾ ਤੁਹਾਨੂੰ ਗੱਲਾਂ। ਤੇ ਉਸ ਵਿਆਹ ਦੇ ਵਿੱਚ ਦਵਿੰਦਰ ਬੰਬੀਹਾ ਆਪਣੇ ਸਾਥੀਆਂ ਦੇ ਨਾਲ ਭੰਗੜਾ ਪਾਉਂਦਾ ਗਾ, ਜਦੋਂ ਦਵਿੰਦਰ ਬੰਬੀਹਾ ਰਵੀ ਸਰਪੰਚ ਖਵਾਜਕੇ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਦਾ ਗਾ, ਉਦੋਂ ਨੂੰ ਰਵਨੀਤ ਬਿੱਟੂ ਬਹੁਤ ਭਾਰੀ ਮੁਲਾਜ਼ਮਾਂ ਦੇ ਨਾਲ ਆਪਦੀ ਸਿਕਿਉਰਿਟੀ ਦੇ ਵਿੱਚ ਵਿਆਹ 'ਚ ਆ ਜਾਂਦਾ ਗਾ ਤੇ ਇੱਕ ਵਾਰ ਫਿਰ ਜਿਹੜਾ ਉਹ ਘਟਨਾਕ੍ਰਮ ਨੂੰ ਅੰਜਾਮ ਦੇਣਾ ਹੁੰਦਾ ਉਹ ਪੈਂਡਿੰਗ ਪੈ ਜਾਂਦਾ ਗਾ। ਜਦੋਂ ਰਵਨੀਤ ਬਿੱਟੂ ਚਲਿਆ ਜਾਂਦਾ ਗਾ ਉਸ ਤੋਂ ਬਾਅਦ ਅਵੇਸਲੇ ਹੋ ਜਾਂਦੇ ਆ ਸਾਰੇ, ਕੋਈ ਰੋਟੀ ਖਾਣ ਚਲਿਆ ਜਾਂਦਾ ਗਾ,
ਰਵੀ ਸਰਪੰਚ ਆਪ ਦੀ ਜੈਕਟ ਲਾ ਕੇ ਜਦੋਂ ਬਾਹਰ ਬੈਠਾ ਹੁੰਦਾ ਸੋਫੇ ਤੇ ਤਾਂ ਇੱਕ ਵਾਰ ਦਵਿੰਦਰ ਬੰਬੀਹੇ ਦੀ ਉਹ ਪਛਾਣ ਚ ਨਹੀਂ ਆਉਂਦਾ। ਦਵਿੰਦਰ ਦਾ ਨਾਲ ਦਾ ਕਹਿੰਦਾ ਵੀ ਆਹ ਬੈਠਾ ਰਵੀ, ਫਿਰ ਇਹ ਜਾ ਕੇ ਗੋਲੀਆਂ ਮਾਰਦੇ ਆ। ਇਹ ਜਦੋਂ ਗੋਲੀਆਂ ਮਾਰਦੇ ਆਗੇ ਇੱਕ ਨਾਲ ਬੈਠਾ ਬੰਦਾ ਹੁੰਦਾ ਉਸਦੇ ਵੀ ਗੋਲੀ ਲੱਗਦੀ ਹੈਗੀ, ਉੱਥੋਂ ਇਹ ਨਿਕਲ ਜਾਂਦੇ ਆਗੇ। ਉਹ ਦੱਸਿਆ, ਇਹ ਵੀ ਗੱਲ ਸਾਹਮਣੇ ਆਈ ਆ ਵੀ ਜਦੋਂ ਇਹ ਗੋਲੀਆਂ ਮਾਰ ਕੇ ਨਿਕਲੇ ਆ, ਕਈ ਗੱਡੀਆਂ ਸੀ ਦਵਿੰਦਰ ਨੂੰ ਰਾਸਤੇ ਕਲੀਅਰ ਕਰਵਾ ਰਹੀਆਂ ਸੀ ਜਦੋਂ ਦਵਿੰਦਰ ਨੂੰ ਲੁਧਿਆਣੇ ਚੋਂ ਬਾਹਰ ਕੱਢਿਆ। ਤੇ ਦੂਸਰੀ ਗੱਲ ਇਹ ਆ ਵੀ 70-80 ਅਸਲਿਆਂ ਦੇ ਵਿੱਚੋਂ ਬੰਦੇ, ਤਿੰਨ ਚਾਰ ਬੰਦੇ ਜਾ ਕੇ ਗੋਲੀਆਂ ਮਾਰ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ। ਤੇ ਜਦੋਂ ਦਵਿੰਦਰ ਗੱਡੀ ਦੇ ਵਿੱਚ ਬੈਠਦਾ, ਨਾਲ ਦੀ ਨਾਲ ਵਟਸਐਪ ਆਡੀਓ ਪਾਉਂਦਾ ਗਾ, ਉਹ ਆਡੀਓ ਮੈਂ ਨਾਲ ਵੀ ਜੋੜੀ ਆਗੀ, ਉਹ ਬਹੁਤ ਔਖੀ ਆਡੀਓ ਸਾਨੂੰ ਮਿਲੀ ਆ। ਉਹ ਗੁਗਣੀ ਗਰਿਆਲ ਨੂੰ ਆਡੀਓ ਦੇ ਵਿੱਚ ਕਹਿੰਦਾ ਗਾ ਵੀ ਮਾਰ ਸਾਰੀ ਜੇਲ੍ਹ ਚ ਲਲਕਾਰੇ, ਮਾਰ ਤਾਂ ਰਵੀ। ਹੋਰ ਵੀ ਕਈ ਗੱਲਾਂ ਦੱਸਦਾ, ਉਹ ਤੁਸੀਂ ਆਡੀਓ ਸੁਣਿਓ। ਤੇ ਮੈਂ ਮਾਫੀ ਚਾਹੁੰਦਾ, ਕੁਝ ਸ਼ਬਦ ਜਿਹੜੇ ਹੈਗੇ ਮੈਂ ਉਹਨਾਂ ਤੇ ਬੀਪ ਲਾਈ ਵੀ ਹੈਗੀ, ਕਿਉਂਕਿ ਬਾਅਦ ਦੇ ਵਿੱਚ ਵਾਰਨਿੰਗ ਆ ਜਾਂਦੀ ਹੈਗੀ, ਫਿਰ ਸਾਰੀ ਵੀਡੀਓ ਹੀ ਆਪਣੀ ਪੂਰੀ ਦੀ ਪੂਰੀ ਖਰਾਬ ਹੋ ਜਾਂਦੀ ਹੈ ਜਿਹਦੇ ਕਾਰਨ। ਤੇ ਉਸ ਤੋਂ ਬਾਅਦ ਜਦੋਂ ਰਵੀ ਸਰਪੰਚ ਮਰਦਾ, ਫਿਰ ਪੋਸਟ ਪੈਂਦੀ ਆ, ਤਾਂ ਫਿਰ ਇੱਕ ਚਿਹਰਾ ਹੁੰਦਾ ਗਾ ਵੀ ਦਵਿੰਦਰ ਬੰਬੀਹਾ ਸ਼ਾਰਪ ਸ਼ੂਟਰ। ਫਿਰ ਉਹਦੇ ਕੋਈ ਕਤਲਾਂ ਦੀ ਗਿਣਤੀ ਨਹੀਂ ਰਹਿੰਦੀ, ਉਹਦਾ ਫਿਰ ਦਾਇਰਾ ਵੀ ਗਰੁੱਪ ਦਾ ਵੱਧਦਾ ਗਾ। ਜਿਵੇਂ ਦਵਿੰਦਰ ਦੇ ਨਾਲ ਗੁਰਬਖਸ਼, ਸਰਨੀ, ਬੰਟੀ, ਜੈਪੀ, ਨਿਸ਼ਾਨ, ਇਹ ਤਾਂ ਹੈਗੇ ਸੀਗੇ। ਉਸ ਤੋਂ ਬਾਅਦ ਜਿਵੇਂ ਸੁਖਪ੍ਰੀਤ ਬੁੱਢਾ ਜੇਲ੍ਹ ਦੇ ਵਿੱਚ ਸੀ, ਉਹ ਛੁੱਟੀ ਆਇਆ ਦਵਿੰਦਰ ਦੇ ਨਾਲ, ਪੱਕਾ ਹੀ ਚੜ ਗਿਆ। ਫਿਰ ਸਿਮਾ ਬਾਈਬਲ, ਤਾਰਾ ਦੋਸਾਂਝ, ਇਹਨਾਂ ਦੀ ਗਿਣਤੀ ਕਾਫੀ ਵੱਡੀ ਹੋ ਜਾਂਦੀ ਹੈਗੀ। ਫਿਰ ਵੱਡੇ ਘਰ ਇੱਕ ਮਰਡਰ ਹੁੰਦਾ ਹੈਗਾ, ਉਹ ਮਰਡਰ ਦਵਿੰਦਰ ਬੰਬੀਹਾ ਕਰਦਾ, ਉਸਦੀ ਟਿਪ ਆਫ ਦਵਿੰਦਰ ਬੰਬੀਹੇ ਨੂੰ ਦਿੰਦਾ ਹੈਗਾ। ਤੇ ਜ਼ਿਆਦਾਤਰ ਦਵਿੰਦਰ ਪਿੰਡ ਕਰੀ ਵਾਲੇ ਰਹਿੰਦਾ ਸੀਗਾ। ਮੈਂ ਕੁਛ ਪੁਰਾਣੀ ਗੱਲ ਤੁਹਾਨੂੰ ਮੈਂ ਦੱਸ ਰਿਹਾ, ਜਦੋਂ ਦਵਿੰਦਰ ਜੈਤੋ ਤੋਂ ਮਰਡਰ ਕਰਕੇ ਜਾਂਦਾ ਗਾ ਕਰੀ ਵਾਲੇ ਪਿੰਡ ਦੇ ਵਿੱਚ, ਤਾਂ ਉੱਥੇ ਬੜਾ ਸ਼ਾਂਤ ਜਿਹਾ ਉੱਥੋਂ ਦੇ ਲੋਕ ਦੱਸਦੇ ਆ ਵੀ ਰਹਿੰਦਾ ਹੁੰਦਾ ਸੀਗਾ। ਤੇ ਜਿਨ੍ਹਾਂ ਨੇ ਇਹਨੂੰ ਰੱਖਿਆ ਸੀਗਾ, ਦਵਿੰਦਰ ਨੇ ਉਹ ਲੋਕਾਂ ਨੂੰ ਗੱਲ ਕਲੀਅਰ ਕਰਤੀ ਸੀਗੀ ਜਦੋਂ ਪੁੱਛਦੇ ਸੀਗੇ ਵੀ ਤੂੰ ਬੋਲਦਾ ਨਹੀਂ, ਨਾ ਹੱਸਦਾ, ਤੂੰ ਸਾਡੇ ਨਾਲ ਖੁੱਲਦਾ ਨਹੀਂ ਗਾ, ਵੀ ਮੇਰੇ ਤੋਂ 2 ਕਤਲ ਹੋਏ ਵੇ ਆ। ਤੇ ਪਰ ਦਵਿੰਦਰ ਦਾ ਉੱਥੋਂ ਵੀ ਠਹਿਰਦਾ ਅੱਡਾ ਪੱਟਿਆ ਜਾਂਦਾ। ਇੱਕ ਵਿਆਹ ਦੇ ਵਿੱਚ ਗਏ ਹੁੰਦੇ ਹੈਗੇ ਇਹ, ਉਸ ਵਿਆਹ ਦੇ ਵਿੱਚ ਇਹਨਾਂ ਦੀ ਤਕਰਾਰਬਾਜ਼ੀ ਹੋ ਜਾਂਦੀ ਹੈਗੀ, ਤੇ ਇਹ ਗੋਲੀ ਚਲਾ ਦਿੰਦੇ ਹੈਗੇ ਤੇ ਉਸ ਮੁੰਡੇ ਦੀ ਮੌਤ ਹੋ ਜਾਂਦੀ ਹੈਗੀ। ਬਾ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਉਸ ਕੇਸ ਦੇ ਵਿੱਚ ਪਿੰਡ ਕਰੀ ਵਾਲੇ ਦਾ ਮੁੰਡਾ ਵੀ ਅਰੈਸਟ ਹੋਇਆ ਸੀਗਾ, ਉਹਨਾਂ ਤੇ ਵੀ ਪੈ ਗਿਆ ਸੀਗਾ। ਤੇ 4-5 ਸਾਲ ਜਾਣੀ ਕਿ ਉਹਦੀ ਜ਼ਿੰਦਗੀ ਦੇ ਇਸ ਕੇਸ ਨੇ ਖਰਾਬ ਕੀਤੇ ਆ। ਜਿਹੜੇ ਦਵਿੰਦਰ ਦੀ ਲਿਸਟ ਦੇ ਹੈੱਡਮੈਨ ਹੁੰਦੇ ਆ, ਉਹ ਧਰੂ ਦਾ ਉਧਰ ਨਾਲ ਲੜਾਈ ਹੋਈ ਸੀਗੀ ਜੇਲ੍ਹ ਦੇ ਵਿੱਚ ਵੀ, ਤੇ ਬਾਕੀ ਧਰੂ ਦਾ ਉਧਰ ਸੇਰਾ ਖੋਬਣ ਦੇ ਜਿੰਨੇ ਗਰੁੱਪ ਦੇ ਮੈਂਬਰ ਸੀਗੇ, ਉਹ ਜੈਪਾਲ ਹੁਣੀ, ਉਹ ਸਾਰੇ ਦਵਿੰਦਰ ਦੇ ਮਗਰ ਲੱਗ ਗਏ ਸੀਗੇ ਰਵੀ ਸਰਪੰਚ ਖਵਾਜ ਕੇ ਦੇ ਕਤਲ ਦੇ ਬਾਅਦ। ਕਿਉਂਕਿ ਬਿੱਲਾ ਖਵਾਜ ਕੇ ਰਵੀ ਦਾ ਭਰਾ ਵੀ ਇਹ ਕਹਿੰਦਾ ਸੀਗਾ ਵੀ ਦਵਿੰਦਰ ਮਾਰਨਾ ਗਾ, ਉੱਥੇ ਹੀ ਦਵਿੰਦਰ ਮਾਰਨਾ ਗਾ ਜਿੱਥੇ ਉਹਨੇ ਮੇਰੇ ਭਰਾ ਨੂੰ ਮਾਰਿਆ। ਜਾਣੀ ਕਿ ਮਤਲਬ ਬਹੁਤ ਗੱਲਾਂ ਹੁੰਦੀਆਂ ਸੀਗੀਆਂ। ਤੇ ਦੂਜੀ ਹੈੱਡ ਲਿਸਟ ਦੇ ਵਿੱਚ ਸੀਗਾ ਦਵਿੰਦਰ ਬੰਬੀਹੇ ਦੇ ਜੱਗੂ ਭਗਵਾਨਪੁਰ। ਉਹਦਾ ਕਾਰਨ ਇਹ ਸੀਗਾ ਵੀ ਦਵਿੰਦਰ ਨੇ ਆਪਣੀਆਂ ਕਾਫੀ ਠਹਿਰਾਂ ਕੱਟੀਆਂ ਮੱਝ ਦੇ ਵਿੱਚ, ਜਿੱਥੇ ਉਹਦੀ ਮੁਲਾਕਾਤ ਜਿਵੇਂ ਰੂਪੇ ਰਮਾਣੇ ਨਾਲ ਹੁੰਦੀ ਹੈਗੀ, ਪਹਿਲਾਂ ਹੀ ਜੇਲ੍ਹ ਦੇ ਵਿੱਚ ਹੋ ਜਾਂਦੀ ਆ, ਫਿਰ ਗੋਪੀ ਘਣਸ਼ਾਮਪੁਰੀ ਨਾਲ, ਰਾਣਾ ਕੰਦੂ ਵਾਲੀ ਨਾਲ, ਜੋ ਦਵਿੰਦਰ ਦੇ ਦੋਸਤ ਸੀ ਤੇ ਜੱਗੂ ਭਗਵਾਨਪੁਰੀਏ ਦੇ ਵਿਰੋਧੀ ਖੇਮੇ ਦੇ ਵਿੱਚ ਚੱਲ ਰਹੇ ਸੀ ਉਹਨਾਂ ਦਿਨਾਂ ਦੇ ਵਿੱਚ। ਜਦੋਂ ਜੱਗੂ ਭਗਵਾਨਪੁਰੀਏ ਨੂੰ ਹਿੱਟ ਕਰਨ ਨੂੰ ਫਿਰਦਾ ਸੀਗਾ, ਦਵਿੰਦਰ ਬੰਬੀਹਾ ਗੁਰਨੈਬ ਨੂੰ ਫੋਨ ਲਾਉਂਦਾ ਗਾ ਜੇਲ੍ਹ ਦੇ ਵਿੱਚ, ਗੁਰਨੈਬ ਹੁੰਦਾ ਗਾ। ਜਦੋਂ ਫੋਨ ਲਾਉਂਦਾ, ਉਹ ਵੀ ਗੱਲ ਸਾਹਮਣੇ ਆਈ ਹੈਗੀ ਵੀ ਸਾਨੂੰ ਜੇਲ੍ਹ ਦੇ ਵਿੱਚੋਂ ਵੀ ਬੰਦੇ ਨੇ ਦੱਸਿਆ ਸੀਗਾ ਵੀ ਗੁਰਨੈਬ ਤੇ ਦਵਿੰਦਰ ਤੋਂ ਪੁੱਛਦਾ ਵੀ ਕਿਵੇਂ ਢਿੱਲਾ ਜਿਹਾ ਬੋਲਦਾ ਗਾ। ਗੁਰਨੈਬ ਦਵਿੰਦਰ ਨੂੰ ਕਹਿੰਦਾ ਵੀ ਲੰਮਾ ਪੱਟੀ ਮੇਰੇ ਗਲ ਪੈ ਗਿਆ, ਮੇਰੀ ਬੇਇੱਜ਼ਤੀ ਕਰਤੀ। ਇਹ ਵੀਡੀਓ ਦੇ ਵਿੱਚ ਵੀ ਤੁਸੀਂ ਸੁਣ ਲਿਓ, ਦਵਿੰਦਰ ਕਹਿੰਦਾ ਹੈਗਾ ਵੀ ਤੁਸੀਂ ਉਹਦੇ ਭਾਂਡੇ ਮਾਂਜਦੇ ਰਹੇ ਹੋਗੇ। ਇਸੇ ਹੀ ਗੱਲ ਦੇ ਕਾਰਨ ਦਵਿੰਦਰ ਬੰਬੀਹਾ
ਪਹਿਲਾਂ ਅਕੁਲ ਖੱਤਰੀ ਨੂੰ ਚੱਕਦਾ ਹੈਗਾ, ਅਕੁਲ ਖੱਤਰੀ ਤੋਂ ਬਾਅਦ ਇਹ ਚੱਕਦੇ ਹੈਗੇ ਲੰਮਾ ਪੱਟੀ ਤੇ ਬੱਗੇ ਤੱਖਰ ਨੂੰ। ਇਹਨਾਂ ਦਾ ਜਿਹੜਾ ਮੇਨ ਕਾਰਨ ਹੁੰਦਾ ਹੈਗਾ ਵੀ ਆਪਾਂ ਤਿੰਨ ਚਾਰ ਜਣੇ ਚੱਕ ਲਏ, ਤਿੰਨ ਚਾਰ ਜਣੇ ਹੋਰ ਚੱਕ ਲਾਂਗੇ, ਜਿਹਦੇ ਵਿੱਚ ਬੌਬੀ ਮਲਹੋਤਰਾ ਹੋਰ ਜੱਗੂ ਭਗਵਾਨਪੁਰੀਏ ਦੇ ਜਿਹੜੇ ਉਸ ਟਾਈਮ ਨਾਮਵਰ ਚਿਹਰੇ ਸੀ ਉਹ ਏਰੀਏ ਦੇ ਚੱਕ ਕੇ ਵੀ ਆਪਾਂ ਉਹਨਾਂ ਨੂੰ ਮਾਰ ਦਾਂਗੇ, ਵੀ ਜੱਗੂ ਦਾ ਡਾਊਨਫਾਲ ਆਊਗਾ ਜਦੋਂ ਆਪਣਾ ਕਿਤੇ ਆਪਣਾ ਟ੍ਰਿਕ ਲੱਗਿਆ ਆਪਾਂ ਜੱਗੂ ਤੇ ਵੀ ਅਟੈਕ ਲਾ ਦਾਂਗੇ। ਓਪੀ ਘਣਸ਼ਿਆਮਪੁਰੀਏ ਹੁਣ ਜੱਗੂ ਦੇ ਜਿੰਨੇ ਵਿਰੋਧੀ ਖੇਮੇ ਦੇ ਵਿੱਚ ਬੰਦੇ ਚੱਲ ਰਹੇ ਸੀ ਉਹ ਸਾਰੇ ਦੇ ਸਾਰੇ ਦਵਿੰਦਰ ਨਾਲ ਮਿਲ ਚੁੱਕੇ ਸੀਗੇ। ਇਹ ਗੋਪੀ ਘਣਸ਼ਿਆਮਪੁਰੀਏ ਦੀ ਰਿਸ਼ਤੇਦਾਰੀ ਦੇ ਵਿੱਚ ਰੱਖਦੇ ਹੈਗੇ ਅਕੁਲ ਖੱਤਰੀ ਨੂੰ, ਅਕੁਲ ਲੰਮੇ ਪੱਟੀ ਨੂੰ ਚੁਕਾਉਂਦਾ ਗਾ। ਉਸ ਤੋਂ ਬਾਅਦ ਉੱਥੇ ਇਹਨਾਂ ਤੋਂ ਫੋਨ ਲਵਾਇਆ ਜਾਂਦਾ ਗਾ ਬੌਬੀ ਮਲਹੋਤਰੇ ਨੂੰ, ਵੀ ਬੌਬੀ ਮਲਹੋਤਰੇ ਨੂੰ ਫੋਨ ਲਵਾ ਕੇ ਕਿਹਾ ਜਾਂਦਾ ਗਾ ਵੀ ਤੂੰ ਆਹ ਲੋਕੇਸ਼ਨ ਦੇ ਉੱਤੇ ਆ। ਹੁਣ ਉੱਥੇ ਦੋ ਕਾਰਨ ਬਣਦੇ ਹੈਗੇ, ਤਰਨ ਤਾਰਨ ਬਹੁਤ ਵੱਡਾ ਗੋਲੀਕਾਂਡ ਹੋਇਆ ਸੀਗਾ। ਇੱਕ ਕਾਰਨ ਤਾਂ ਇਹ ਨਿਕਲ ਕੇ ਆਇਆ ਵੀ ਉਹਨਾਂ ਦਿਨਾਂ ਦੇ ਵਿੱਚ ਰਾਣਾ ਕੰਦੂਵਾਲੀਆ ਮਿਸਗਾਈਡ ਹੋ ਗਿਆ ਸੀਗਾ ਦਵਿੰਦਰ ਨਾਲ, ਉਸਦਾ ਜਿਹੜਾ ਗਾ ਜਾਣੀ ਕਿ ਵਿਚਾਰਾਂ ਦੇ ਮਤਭੇਦ ਹੋ ਗਏ ਸੀਗੇ। ਜਾਣੀ ਕਿ ਜਦੋਂ ਰਾਣੇ ਕੰਦੂਵਾਲੀਆ ਨੂੰ ਪਤਾ ਲੱਗਦਾ ਗਾ ਵੀ ਇਹਨਾਂ ਨੇ ਅਕੁਲ ਖੱਤਰੀ ਰੱਖਿਆ ਗਾ, ਤਾਂ ਰਾਣਾ ਕੰਦੂਵਾਲੀਆ ਕਹਿੰਦਾ ਗਾ ਵੀ ਅਕੁਲ ਖੱਤਰੀ ਮੈਨੂੰ ਦੇਵੋ ਤੁਸੀਂ। ਇਹਨਾਂ ਦੀ ਉੱਥੇ ਫਿਰ ਬਹਿਸ ਹੁੰਦੀ ਆ। ਰਾਣਾ ਕੰਦੂਵਾਲੀਆ ਭੋਲੂ ਹਵੇਲੀਆਂ ਨੂੰ ਫੋਨ ਕਰਕੇ ਦੱਸ ਦਿੰਦਾ ਗਾ ਵੀ ਇਹਨਾਂ ਨੇ ਆਹ ਲੋਕੇਸ਼ਨ ਤੇ ਬੰਦੇ ਰੱਖੇ ਵੀ ਹੈਗੇ। ਭੋਲੂ ਹਵੇਲੀਆਂ ਅੱਗੇ ਗੱਲ ਫਾਰਵਰਡ ਕਰਦਾ ਗਾ ਜੈਪਾਲ ਹੁਣਾਂ ਕੋਲੇ, ਬਿੱਲੇ ਖੁਆਜ ਕੇ ਹੁਣਾਂ ਕੋਲੇ। ਸੋ ਇਹ ਤਾਂ ਪਹਿਲਾਂ ਹੀ ਦਵਿੰਦਰ ਦੀ ਪੈੜ ਨੱਬਦੇ ਹੁੰਦੇ ਆ, ਕਿਉਂਕਿ ਕਈ ਠਹਿਰਾਂ ਤੇ ਇਹ ਪਿੱਛੇ ਲੱਗੇ ਹੋਏ ਸੀਗੇ ਵੀ ਅਸੀਂ ਦਵਿੰਦਰ ਨੂੰ ਲੱਭ ਕੇ ਉਹਦੇ ਗੋਲੀਆਂ ਮਾਰਨੀਆਂ ਨੇ। ਬਹੁਤ ਲੋਕਾਂ ਨੂੰ ਇਹ ਗੱਲਾਂ ਦਾ ਨਹੀਂ ਪਤਾ ਹੈਗਾ ਗਾ, ਬਾਅਦ ਦੇ ਵਿੱਚ ਚਲੋ ਸਾਰੇ ਇਕੱਠੇ ਹੋ ਗਏ ਸੀਗੇ। ਜਦੋਂ ਗੱਲ ਜੈਪਾਲ ਹੁਣਾਂ ਤੱਕ ਆਉਂਦੀ ਆ ਤਾਂ ਬਿੰਨੀ ਗੁੱਜਰ ਦੇ ਰਾਹੀਂ ਗੱਲ ਜੱਗੂ ਤੱਕ ਵੀ ਪਹੁੰਚਦੀ ਆ ਵੀ ਤੇਰੇ ਬੰਦੇ ਏਦਾਂ ਏਦਾਂ ਕਰਕੇ ਚੱਕੇ ਗਏ। ਤੇ ਇੱਕ ਜਦੋਂ ਬੌਬੀ ਮਲਹੋਤਰੇ ਨੂੰ ਫੋਨ ਲਾਇਆ ਜਾਂਦਾ ਗਾ, ਪਿੱਛੇ ਗੋਪੀ ਘਣਸ਼ਿਆਮਪੁਰੀਏ ਬੋਲਦੇ ਦੀ ਆਵਾਜ਼ ਸੁਣ ਜਾਂਦੀ ਹੈ ਕਿ ਉਹਨਾਂ ਨੂੰ ਪੂਰਾ ਕਲੀਅਰ ਹੋ ਜਾਂਦਾ ਗਾ ਵੀ ਹਾਂ ਕਿਤੇ ਨਾ ਕਿਤੇ ਟ੍ਰੈਪ ਲੱਗਿਆ ਗਾ। ਇਹ ਫਿਰ ਜਦੋਂ ਇਕੱਠੇ ਹੁੰਦੇ ਆ ਗਏ ਉੱਥੇ, ਜੈਪਾਲ ਬਿੱਲਾ ਖੁਆਜ ਕੇ ਭਾਰੀ ਅਸਲੇ ਦੇ ਨਾਲ, ਕਈ ਬੰਦੇ ਜਾਂਦੇ ਆ, ਚੰਦੂ ਵੀ ਨਾਲ ਹੁੰਦਾ, ਸ਼ਾਇਦ ਤੀਰਥ ਢਿਲਮਾ ਵੀ ਸੀਗਾ, ਤੇ ਉੱਥੇ ਬੌਬੀ ਮਲਹੋਤਰਾ ਮਿਲਦਾ ਜੋ ਇਹਦੇ ਜੱਗੂ ਭਗਵਾਨਪੁਰੀਏ ਦੇ ਬੰਦੇ ਮਿਲਦੇ ਆ, ਤੇ ਇਹ ਉਹਨੂੰ ਕਹਿੰਦੇ ਆਗੇ ਵੀ ਤੂੰ ਜਿਵੇਂ ਉਹ ਤੈਨੂੰ ਜਿੱਥੇ ਬੁਲਾਉਂਦੇ ਆ ਤੂੰ ਉੱਥੇ ਜਾ। ਇਹ ਉਹ ਤੋਂ ਪਿੱਛੇ ਖੜੇ ਹੁੰਦੇ ਆਗੇ ਵੀ ਜਦੋਂ ਤੈਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕਰਨਗੇ ਬੰਦੇ ਆਉਣਗੇ, ਅਸੀਂ ਉਹਨਾਂ ਤੇ ਹਮਲਾ ਕਰ ਦਾਂਗੇ। ਤੇ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਬੌਬੀ ਮਲਹੋਤਰੇ ਨੂੰ ਇਹ ਕਿਹਾ ਜਾਂਦਾ ਗਾ ਵੀ ਜਦੋਂ ਤੂੰ ਉੱਥੇ ਜਾਏਗਾ ਤੈਨੂੰ ਕਿਡਨੈਪ ਕਰਨ ਆਉਣਗੇ, ਫਿਲਮੀ ਸੀਨ ਵਰਤਿਆ ਜਾਂਦਾ ਗਾ ਵੀ ਤੂੰ ਲਾਈਟਰ ਲੈ ਲਾ, ਐਂ ਸਿਗਰਟ ਜਗਾ ਲਈ, ਜਦੋਂ ਤੂੰ ਸਿਗਰਟ ਜਗਾ ਲਏਗਾ ਵੀ ਮਤਲਬ ਸਾਨੂੰ ਕੋਈ ਨਾ ਕੋਈ ਇਸ਼ਾਰਾ ਹੋ ਜੂਗਾ ਵੀ ਅਸੀਂ ਨਾਲ ਦੀ ਨਾਲ ਫਾਇਰ ਖੋਲ ਲਾਂਗੇ, ਤੂੰ ਲੰਮਾ ਪੈ ਜੀ। ਉਹ ਉੱਥੇ ਕੁਛ ਕੁ ਮਿੰਟਾਂ ਦਾ ਫਰਕ ਰਹਿ ਜਾਂਦਾ ਗਾ, ਉਹ ਆਉਂਦੇ ਜ਼ਰੂਰ ਹੈਗੇ, ਪਰ ਇਹ ਜਦੋਂ ਗੋਲੀਆਂ ਚਲਾਉਂਦੇ ਹੈਗੇ, ਬੌਬੀ ਮਲਹੋਤਰਾ ਪਹਿਲਾਂ ਥੱਲੇ ਪੈ ਗਿਆ ਸੀਗਾ ਜਾਂ ਬੌਬੀ ਮਲਹੋਤਰੇ ਨੇ ਸਿਗਰਟ ਪਹਿਲਾਂ ਜਗਾ ਲਈ ਸੀ, ਕੁਛ ਏਦਾਂ ਦਾ ਉੱਥੇ ਹੈਪਨ ਹੋਇਆ ਸੀਗਾ। ਤੇ ਜਦੋਂ ਇਹਨਾਂ ਇਹ ਗੋਲੀ ਚਲਾਉਂਦੇ ਹੈਗੇ ਦਵਿੰਦਰ ਤੇ ਗੋਪੀ ਘਣਸ਼ਿਆਮਪੁਰੀਏ ਤੇ, ਪਰ ਉਹ ਚੱਲਦੀ ਗੋਲੀ ਚ ਹਨੇਰੇ ਦਾ ਫਾਇਦਾ ਉਠਾ ਕੇ ਨਿਕਲ ਜਾਂਦੇ ਉੱਥੋਂ ਆਪਦੀ ਗੱਡੀ ਛੱਡ ਕੇ। ਲੰਮਾ ਪੱਟੀ ਦਾ ਮਾਰਿਆ ਗਿਆ ਸੀ, ਇਹ ਗੱਲ ਪੂਰੀ ਕਲੀਅਰ ਨਹੀਂ ਹੈਗੀ ਵੀ ਲੰਮਾ ਪੱਟੀ ਉਹ ਜਿਹੜੀ ਗੱਡੀ ਦੇ ਵਿੱਚ ਸੀਗਾ ਉਸ ਟਾਈਮ ਇਹਨਾਂ ਦੀਆਂ ਗੋਲੀਆਂ ਕਾਰਨ ਮਾਰਿਆ ਗਿਆ, ਜਾਂ ਦਵਿੰਦਰ ਨੇ ਪਹਿਲਾਂ ਹੀ ਮਾਰਤਾ ਸੀਗਾ। ਪੋਸਟਾਂ ਦੇ ਵਿੱਚ ਤਾਂ ਇਹ ਆਇਆ ਸੀਗਾ ਵੀ ਬਾਕੀ ਬੰਦੇ ਛੜਾ ਲਏ ਜਿਹੜੀਆਂ ਜੱਗੂ ਦੇ ਬੰਦਿਆਂ ਵੱਲੋਂ ਪਾਈਆਂ ਗਈਆਂ ਸੀ ਪੋਸਟਾਂ, ਵੀ ਲੰਮਾ ਪੱਟੀ ਨੂੰ ਦਵਿੰਦਰ ਨੇ ਕਿਸੇ ਹੋਰ ਥਾਂ ਰੱਖਿਆ ਸੀ ਮਾਰ ਦਿੱਤਾ। ਉਹ ਫਾਇਰਿੰਗ ਦੇ ਵਿੱਚ ਦਵਿੰਦਰ ਬੰਬੀਹਾ ਦੇ ਗੋਲੀ ਲੱਗਦੀ ਹੈਗੀ, ਗੱਡੀ ਤੇ ਵੀ ਕਾਫੀ ਗੋਲੀਆਂ ਲੱਗਦੀਆਂ, ਤੁਸੀਂ ਤਰਨ ਤਰਨ ਨਿਊਜ਼ ਭਰ ਲਿਓ, ਬੰਬੀਹਾ ਤਰਨ ਤਰਨ ਨਿਊਜ਼ ਕੁਛ ਵੀ ਭਰ ਲਿਓ। ਬਹੁਤ ਲੋਕ ਦੱਸਦੇ ਹੈਗੇ ਵੀ ਉਸ ਕਾਂਡ ਦੇ ਵਿੱਚ ਸੁਖਪ੍ਰੀਤ ਬੁੱਢਾ ਵੀ ਦਵਿੰਦਰ ਦੇ ਨਾਲ ਸੀਗਾ। ਬਹੁਤ ਲੋਕਾਂ ਨੂੰ ਉਦੋਂ ਜਦੋਂ ਸੁਖਪ੍ਰੀਤ ਬੁੱਢੇ ਦਾ ਨਾਮ ਆਇਆ ਉਦੋਂ ਪਤਾ ਲੱਗਿਆ ਗਾ ਵੀ ਸੁਖਪ੍ਰੀਤ ਬੁੱਢਾ ਵੀ ਦਵਿੰਦਰ ਬੰਬੀਹਾ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ। ਉੱਥੋਂ ਹੀ ਨਿਕਲ ਜਾਂਦੇ ਆ, ਜਦੋਂ ਨਿਕਲਦੇ ਆ ਕਿ ਫਿਰ ਦਵਿੰਦਰ ਆਪਦਾ ਟ੍ਰੀਟਮੈਂਟ ਕਰਾਉਂਦਾ, ਟ੍ਰੀਟਮੈਂਟ ਕਰਾਉਣ ਤੋਂ ਬਾਅਦ ਦਵਿੰਦਰ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਜੈਪਾਲ ਉਹਨਾਂ ਦੀ ਠਹਿਰ ਆ ਉਹ ਰਾਜਸਥਾਨ ਸਾਲਾਸਰ ਹੈਗਾ। ਉੱਥੇ ਫਿਰ ਇਹ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਆਪਦੇ ਬੰਦੇ ਲੈ ਕੇ ਜਾਂਦਾ,
ਕਹਿਣ ਦਾ ਭਾਵ ਵੀ ਦਵਿੰਦਰ ਬੰਬੀਹਾ ਜੈਪਾਲ ਹੋਣਾ ਦੇ ਪਿੱਛੇ ਸੀ, ਜੈਪਾਲ ਹੋਣੀ ਦਵਿੰਦਰ ਬੰਬੀਹੇ ਦੇ ਪਿੱਛੇ ਸੀਗੇ ਵੀ ਜੇ ਸਾਨੂੰ ਬੰਬੀਹਾ ਲੱਭ ਗਿਆ ਅਸੀਂ ਉਹਨੂੰ ਮਾਰ ਦਾਂਗੇ, ਤੇ ਇਹ ਜੇ ਇਹਨੂੰ ਜੈਪਾਲ ਹੋਣੀ ਲੱਭ ਗਏ ਤਾਂ ਇਹ ਉਹਨਾਂ ਨੂੰ ਮਾਰ ਸਕਦਾ ਗਾ, ਜਾਣੀ ਕਿ ਇਕੱਠੇ ਨਹੀਂ ਸੀਗੇ। ਕਿਉਂਕਿ ਇੱਕ ਗੱਲ ਹੋਰ ਵੀ ਮੈਂ ਤੁਹਾਨੂੰ ਕਲੀਅਰ ਕਰਦਾ, ਉਹਨਾਂ ਦਿਨਾਂ ਦੇ ਵਿੱਚ ਜੈਪਾਲ ਦੇ ਗਰੁੱਪ ਦੇ ਵਿੱਚ, ਸ਼ੇਰਾ ਖੁੱਭਣ ਦੇ ਗਰੁੱਪ ਦੇ ਵਿੱਚ ਵੀ ਯਾਨੀ ਕਿ ਮਨਮਿਟਾਵ ਹੋਏ ਹੋਏ ਸੀ। ਕਈ ਬੰਦੇ ਦਵਿੰਦਰ ਬੰਬੀਹੇ ਨਾਲ ਵਰਤਦੇ ਸੀਗੇ, ਫੋਨ ਤੇ ਗੱਲਾਂ ਕਰਦੇ ਸੀਗੇ, ਤੇ ਕਈ ਬੰਦੇ ਰਵੀ ਖਵਾਜਕੇ ਦਾ ਬਦਲਾ ਲੈਣ ਲਈ ਉਹਦੇ ਭਰਾ ਦੇ ਨਾਲ ਹੁੰਦੇ ਸੀਗੇ। ਮਤਲਬ ਦੋਨੇ ਪਾਸੇ ਇਹ ਚੱਲ ਰਿਹਾ ਸੀਗਾ। ਲਾਸਟ ਵਾਲੇ ਦਿਨਾਂ ਦੇ ਵਿੱਚ ਆ ਕੇ ਦਵਿੰਦਰ ਦੇ ਪਿੱਛੇ ਏਜੰਸੀਆਂ ਲੱਗੀਆਂ ਹੁੰਦੀਆਂ ਨੇ, ਉਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਨਿਊਜ਼ ਵੀ ਆਈ ਸੀਗੀ, ਜਿਹੜੇ ਕਤਲ ਸ਼ੇਰੇ ਤੇ ਬੱਗੇ ਨੇ ਕੀਤੇ ਸੀ ਟਾਰਗੇਟ ਕਿਲਿੰਗਾਂ ਦੇ। ਉਦੋਂ ਸ਼ੇਰਾ ਤੇ ਬੱਗਾ ਟਰੇਸ ਨਹੀਂ ਸੀ ਹੁੰਦੇ, ਸ਼ੱਕ ਸੀਗਾ ਜਿਹੜਾ ਉਹ ਦਵਿੰਦਰ ਬੰਬੀਹੇ ਤੇ ਵੀ ਜਾ ਰਿਹਾ ਸੀਗਾ ਵੀ ਇਹੀ ਕਿਤੇ ਇਹ ਵਾਰਦਾਤ ਨੂੰ ਅੰਜਾਮ ਦਿੰਦਾ ਹੈਗਾ, ਕਿਉਂਕਿ ਬਹੁਤ ਵੱਡਾ ਚਿਹਰਾ ਬਣ ਚੁੱਕਿਆ ਸੀਗਾ। ਇਹ ਵੀ ਗੱਲ ਸੱਚ ਆ ਵੀ ਦਵਿੰਦਰ ਬੰਬੀਹਾ ਨੇ ਬਹੁਤ ਗੈਂਗਸਟਰ ਸੀਗੇ ਜਿਹੜੇ ਆਪਦੀਆਂ ਤਰੀਕਾਂ ਤੇ ਉਹਨੂੰ ਹਟ ਗਏ ਸੀਗੇ, ਜਿਹਨਾਂ ਨੇ ਐਪਲੀਕੇਸ਼ਨ ਦੇ ਆਪਦੀਆਂ ਤਰੀਕਾਂ ਅੰਦਰ ਕਰਾ ਲਈਆਂ ਸੀਗੀਆਂ, ਵੀ ਉਹ ਤਾਂ ਪਤਾ ਨਹੀਂ ਹੈਗਾ ਕਮਲੇ ਦਾ ਵੀ ਮਤਲਬ ਉਹ ਕਿੱਥੇ ਉਹ ਕੀ ਕਰ ਦੇਵੇ। ਪਰ ਵੀ ਮੈਂ ਤੁਹਾਨੂੰ ਕਈ ਗੱਲਾਂ ਦੱਸਾਂ, ਦਵਿੰਦਰ ਬੰਬੀਹੇ ਦੀਆਂ ਮੁਲਾਕਾਤਾਂ ਲੋਕਾਂ ਨੇ ਸਾਨੂੰ ਦੱਸਿਆ ਗਾ ਵੀ ਰੌਕੀ ਫਾਜ਼ਿਲਕੇ ਨਾਲ ਵੀ ਹੋ ਜਾਣੇ, ਜਿਹੜੇ ਸਾਡੇ ਸੂਤਰ ਨੇਗੇ। ਰੌਕੀ ਫਾਜ਼ਿਲਕਾ ਜੈਪਾਲ ਹੋਣਾ ਦਾ ਐਂਟੀ ਸੀਗਾ, ਤੇ ਦਵਿੰਦਰ ਬੰਬੀਹਾ ਵੀ ਉਹਨਾਂ ਦਿਨਾਂ ਦੇ ਵਿੱਚ ਜੈਪਾਲ ਹੋਣਾ ਦਾ ਐਂਟੀ ਸੀਗਾ, ਤੇ ਇਹਨਾਂ ਦੀਆਂ ਮੁਲਾਕਾਤਾਂ ਆਪਸ ਦੇ ਵਿੱਚ ਹੁੰਦੀਆਂ ਰਹਿੰਦੀਆਂ ਸੀਗੀਆਂ। ਤੇ ਇਹ ਵੀ ਉਹਨਾਂ ਦਿਨਾਂ ਦੇ ਵਿੱਚ ਦਵਿੰਦਰ ਬੰਬੀਹੇ ਦੀ ਲਾਰੈਂਸ ਬਿਸ਼ਨੋਈ ਨਾਲ ਕੋਈ ਲੜਾਈ ਨਹੀਂ ਸੀ, ਕੋਈ ਗਰੁੱਪਬਾਜ਼ੀ ਦੀ ਨਹੀਂ ਸੀਗੀ, ਕਿਉਂਕਿ ਇਹ ਸਭ ਤੋਂ ਵੱਡੀ ਮੈਂ ਤੁਹਾਨੂੰ ਗੱਲ ਦੱਸਦਾਂਗਾ। ਕਰਮਵੀਰ ਜਿਹੜਾ ਮੇਨ ਸੀਗਾ ਇਹਨਾਂ ਦਾ ਮੁੱਢ, ਗੁਗਣੀ ਗਰਿਆਲ ਨੂੰ ਵੀ ਪਤਾ ਸੀਗਾ ਵੀ ਕਰਮਵੀਰ ਲਾਰੈਂਸ ਬਿਸ਼ਨੋਈ ਨਾਲ ਵਰਤਦਾ ਹੈਗਾ, ਤੇ ਦਵਿੰਦਰ ਬੰਬੀਹੇ ਨੂੰ ਵੀ ਪਤਾ ਸੀਗਾ ਵੀ ਲਾਰੈਂਸ ਬਿਸ਼ਨੋਈ ਨਾਲ ਕਰਮਵੀਰ ਵਰਤਦਾ ਹੈਗਾ, ਤੇ ਰੌਕੀ ਫਾਜ਼ਿਲਕਾ ਵੀ ਲਾਰੈਂਸ ਬਿਸ਼ਨੋਈ ਨਾਲ ਵਰਤਦਾ ਸੀਗਾ। ਇਹ ਵੀ ਗੱਲ ਦਵਿੰਦਰ ਬੰਬੀਹੇ ਨੂੰ ਕਲੀਅਰ ਸੀ, ਤੇ ਦਵਿੰਦਰ ਬੰਬੀਹੇ ਦੀਆਂ ਆਪਦੀਆਂ ਵੀ ਮੁਲਾਕਾਤਾਂ ਹੋਈਆਂ ਨੇ। ਤੇ ਉਹਨਾਂ ਦਿਨਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਹੋਰ ਵੀ ਦੱਸਿਆ, ਜਦੋਂ ਦਵਿੰਦਰ ਬੰਬੀਹਾ ਬਠਿੰਡੇ ਏਰੀਏ ਦੇ ਵਿੱਚ ਰਹਿਣ ਆਉਂਦਾ, ਲੱਖੇ ਦੇ ਨਾਲ ਵੀ ਦਵਿੰਦਰ ਬੰਬੀਹੇ ਦੀਆਂ ਮੁਲਾਕਾਤਾਂ ਹੈਗੀਆਂ ਨੇ, ਕੋਈ ਸ਼ੱਕ ਨਹੀਂ, ਨੋ ਡਾਊਟ। ਜੋਧਾ ਕੋਠਾ ਗੁਰੂ ਜਦੋਂ ਜੇਲ੍ਹ 'ਚ ਆਉਂਦਾ ਗਾ, ਉਹਦੇ ਮਗਰ ਵੀ ਦਵਿੰਦਰ ਬੰਬੀਹਾ ਲੱਗਿਆ ਵਾ ਸੀਗਾ, ਕਿਉਂਕਿ ਜੇਲ੍ਹ ਦੇ ਵਿੱਚੋਂ ਜਦੋਂ ਜਮਾਨਤ 'ਤੇ ਆਉਂਦਾ ਗਾ, ਉਹ ਲੋਕ ਸੂਤਰ ਇਹ ਗੱਲਾਂ ਦੱਸਦੇ ਆ ਕਿ ਵੀ ਜਦੋਂ ਜੋਧੇ ਕੋਠੇ ਗੁਰੂ ਕਾ ਕੋਈ ਗੇਟ ਵੀ ਖੜਕਦਾ ਸੀਗਾ, ਪਹਿਲਾਂ ਉਹ ਜਾਣੀ ਕਿ ਆਪਦੇ ਆਲੇ ਦੁਆਲੇ 10-15 ਰਾਈਫਲ ਤਿਆਰ ਕਰਦੇ ਸੀਗੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਹੈਗਾ ਸੀਗਾ ਵੀ ਇੱਥੇ, ਜਾਂ ਉਹਨਾਂ ਦੇ CCTV ਫੁਟੇਜ ਦੇ ਵਿੱਚ, ਜਾਂ ਉਹਨਾਂ ਨੂੰ ਕਿਸੇ ਪੁਲਿਸ ਦੀ ਟੀਮ ਨੇ ਦੱਸਿਆ ਸੀਗਾ ਵੀ ਸਾਡੇ ਸੂਤਰ ਨੇ ਤੁਹਾਡੇ ਮਗਰ ਬੰਬੀਹਾ ਲੱਗਿਆ ਵਗਾ। ਪਰ ਜਿਹੜਾ ਮੇਨ ਕਾਰਨ ਸੀਗਾ ਲਾਸਟ ਵਾਲੇ ਦਿਨਾਂ 'ਚ ਗੋਲੀ ਲੱਗੀ ਤੋਂ ਬਾਅਦ ਦਵਿੰਦਰ ਬੰਬੀਹੇ ਦੇ ਗਰੁੱਪ ਦੇ ਵਿੱਚ ਵੀ ਕਈ ਮਨਮਿਟਾਵ ਹੋਏ ਵੀ ਸੀਗੇ। ਇਹ ਇੱਕ ਦਿਨ ਜਾਂਦੇ ਹੁੰਦੇ ਆ ਕਿ ਰਾਤ ਦਾ ਟਾਈਮ ਹੁੰਦਾ ਇਨਕਾਊਂਟਰ ਤੋਂ ਇੱਕ ਦੋ ਦਿਨ ਪਹਿਲਾਂ ਦੀ ਗੱਲ ਆ। ਤੁਸੀਂ ਸਵਪਨ ਸ਼ਰਮਾ ਜੀ ਦੀ ਤੁਸੀਂ ਇੰਟਰਵਿਊ ਦੇਖੋ, ਪ੍ਰੋ ਪੰਜਾਬ ਤੇ ਆਈ ਵੀ ਆ, ਉਹਨਾਂ ਨੇ ਵੀ ਕਿਹਾ ਸੀਗਾ ਵੀ ਸਾਨੂੰ ਪਤਾ ਲੱਗਿਆ ਸੀਗਾ ਇੱਕ ਰਾਤ ਪਹਿਲਾਂ, ਪਰ ਅਸੀਂ ਜਿਹੜਾ ਘੇਰਾ ਗਾ ਉਹ ਸਵੇਰੇ ਪਾਇਆ ਵੀ ਰਾਤ ਨੂੰ ਕਿਸੇ ਪਰਿਵਾਰ ਦਾ ਨੁਕਸਾਨ ਨਾ ਹੋ ਜੇ। ਬੰਬੀਹਾ ਇੱਕ ਇਹਨੂੰ ਗੱਡੀ ਪਸੰਦ ਆਉਂਦੀ ਹੈਗੀ, ਦਵਿੰਦਰ ਬੰਬੀਹਾ ਉਹ ਗੱਡੀ ਕਿਸੇ ਪੁਲਿਸ ਅਫਸਰ ਦੀ ਹੁੰਦੀ ਹੈਗੀ, ਤੇ ਦਵਿੰਦਰ ਬੰਬੀਹਾ ਜਦੋਂ ਗੱਡੀ ਖੋਹਣ ਦੀ ਕੋਸ਼ਿਸ਼ ਕਰਦਾ ਗਾ, ਇਹਨਾਂ ਦੀ ਬਹਿਸ ਹੁੰਦੀ ਹੈਗੀ, ਉਹ ਕਹਿੰਦਾ ਵੀ ਮੈਂ ਪੁਲਿਸ ਦਾ ਅਧਿਕਾਰੀ ਹਾਂ, ਤੇ ਦਵਿੰਦਰ ਇਹ ਕਹਿੰਦਾ ਗਾ ਵੀ ਮੈਂ ਦਵਿੰਦਰ ਹਾਂਗਾ। ਇਹ ਗੱਲਾਂ ਹੋਈਆਂ ਸੀਗੀਆਂ, ਇਹ ਵੀ ਸਾਨੂੰ ਕਿਸੇ ਮੁਲਾਜ਼ਮ ਦੇ ਸੂਤਰ ਨੇ ਹੀ ਸਾਨੂੰ ਇਹ ਗੱਲ ਸਾਡੇ ਕੋਲ ਪਹੁੰਚਾਈ ਆ। ਉਦੋਂ ਪੁਲਿਸ ਨੂੰ ਇਹ ਕਲੀਅਰ ਹੋ ਜਾਂਦਾ ਗਾ ਵੀ ਜਿਹੜਾ ਬੰਬੀਹਾ ਹੈਗਾ ਉਹ ਬਠਿੰਡੇ ਏਰੀਏ ਦੇ ਵਿੱਚ ਹੀ ਫਿਰਦਾ। ਉਸ ਰਾਤ ਕਹਿੰਦੇ ਇਹਦਾ ਵੈਪਨ ਵੀ ਡਿੱਗ ਪਿਆ ਸੀਗਾ, ਤੇ ਉਹ ਵੈਪਨ ਵੀ ਪੁਲਿਸ ਨੂੰ ਲੱਭ ਗਿਆ ਸੀਗਾ। ਇੱਕ ਤਾਂ ਇਹ ਗੱਲ, ਤੇ ਦੂਸਰਾ ਜਿੱਥੇ ਦਵਿੰਦਰ ਰਹਿੰਦਾ ਸੀਗਾ ਰਾਮਪੁਰੇ ਫੂਲ, ਤਾਰੇ ਦਸਾਂਝ ਦੀ ਮਾਸੀ ਦੇ ਘਰ, ਉੱਥੇ ਕੋਲੇ ਪੋਲਟਰੀ ਫਾਰਮ ਸੀ ਗੋਗੀ ਜਟਾਣੇ ਦਾ। ਜਦੋਂ ਕਹਿੰਦੇ ਵੀ
ਪੁਲਿਸ ਨੂੰ ਇਹ ਪਤਾ ਲੱਗਿਆ ਵੀ ਦਵਿੰਦਰ ਬੰਬੀਹਾ ਬਠਿੰਡੇ ਏਰੀਏ ਚ ਫਿਰਦਾ ਗਾ, ਤਾਂ ਉਹਨਾਂ ਨੇ ਜਿਹੜੇ ਉਹਨਾਂ ਦੇ ਪੁਲਿਸ ਦੇ ਟਾਊਟ ਕਹਿ ਦਿੰਦੇ ਹੈਗੇ ਆਪਾਂ, ਜਿਹੜੇ ਪੁਲਿਸ ਦੇ ਟਾਊਟ ਹੁੰਦੇ ਹੈਗੇ, ਉਹ ਸਾਰੇ ਦੇ ਸਾਰੇ ਉਹਨਾਂ ਨੇ ਅਵੇਅਰ ਕਰਤੇ ਸੀਗੇ। ਉਹਨਾਂ ਦੇ ਵਿੱਚ ਹੀ ਆਉਂਦਾ ਸੀ ਇੱਕ ਗੋਗੀ ਜਟਾਣਾ। ਗੋਗੀ ਜਟਾਣੇ ਨੇ ਇਹ ਗੱਲ ਕਲੀਅਰ ਕਰਤੀ ਵੀ ਦਵਿੰਦਰ ਬੰਬੀਹਾ ਆਹ ਘਰੇ ਰਹਿੰਦਾ ਹੈਗਾ। ਤੇ ਫਿਰ ਤੁਹਾਨੂੰ ਪਤਾ ਹੀ ਹੈਗਾ ਵੀ ਤਾਰਾ ਦੁਸਾਂਝ, ਸੁਖਪ੍ਰੀਤ ਬੁੱਢਾ, ਦਵਿੰਦਰ ਬੰਬੀਹਾ, ਇਹ ਹੁੰਦਾ ਹੈਗਾ ਪੁਲਿਸ ਸਵੇਰੇ ਆਉਂਦੀ ਆ ਤੇ ਮੁਕਾਬਲਾ ਹੁੰਦਾ, ਮੁਕਾਬਲੇ ਦੇ ਵਿੱਚ ਦਵਿੰਦਰ ਬੰਬੀਹਾ ਮਾਰਿਆ ਜਾਂਦਾ, ਸੁਖਪ੍ਰੀਤ ਬੁੱਢਾ ਨਿਕਲਣ ਦੇ ਵਿੱਚ ਉੱਥੋਂ ਪੁਲਿਸ ਦੇ ਘੇਰੇ ਚੋਂ ਕਾਮਯਾਬ ਹੋ ਜਾਂਦਾ ਤੇ ਤਾਰੇ ਦੁਸਾਂਝ ਦੀ ਲੱਤ 'ਚ ਗੋਲੀ ਲੱਗਦੀ ਆ। ਅੱਧ ਦੇ ਵਿੱਚ ਇਹਨਾਂ ਨੇ ਗੋਗੀ ਜਟਾਣਾ ਮਾਰਤਾ ਸੀਗਾ ਵੀ ਦਵਿੰਦਰ ਬੰਬੀਹੇ ਦੀ ਜਿਹੜੀ ਠਹਿਰ ਆ ਜਾਂਦੀ ਮੁਖਬਰੀ ਆ ਜਿਹੜੀ ਉਹ ਕੀਤੀ ਸੀਗੀ ਗੋਗੀ ਜਟਾਣੇ ਨੇ। ਦਵਿੰਦਰ ਬੰਬੀਹੇ ਦੇ ਇਨਕਾਊਂਟਰ ਤੇ ਵੀ ਕਈ ਸਵਾਲ ਉੱਠੇ ਸੀ, ਮੈਂ ਤੁਹਾਨੂੰ ਇੱਕ ਗੋਪੀ ਘਣਸ਼ਿਆਮਪੁਰੀਏ ਦੀ ਰਿਕਾਰਡਿੰਗ ਮੈਂ ਤੁਹਾਨੂੰ ਸੁਣਾਉਣਾ ਹੈਗਾ। ਉਸ ਦੇ ਵਿੱਚ ਗੋਪੀ ਘਣਸ਼ਿਆਮਪੁਰੀਏ ਨੇ ਇਹ ਗੱਲ ਕਹੀ ਸੀਗੀ ਜੱਗੂ ਨੂੰ ਰਿਪਲਾਈ ਦਿੰਦੇ ਹੋਏ ਵੀ ਦਵਿੰਦਰ ਬੰਬੀਹੇ ਦੇ ਕਾਰਨ ਸਾਹ ਸੁੱਕੇ ਸੀ ਤੇਰੇ, ਬਾਕੀ ਉਹ ਪੁਲਿਸ ਨੇ ਧੋਖੇ ਨਾਲ ਚੱਕ ਕੇ ਮਾਰਤਾ ਬਣਾਤਾ। ਹੁਣ ਇਹ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਮੈਂ ਨਹੀਂ ਕਹਿੰਦਾ, ਬਹੁਤ ਲੋਕਾਂ ਨੇ ਇਹ ਗੱਲਾਂ ਕਹੀਆਂ ਸੀ, ਮੈਂ ਇੱਕ ਰਿਕਾਰਡਿੰਗ ਨਾਲ ਅਟੈਚ ਕੀਤੀ ਉਹ ਵੀ ਤੁਸੀਂ ਪੂਰੀ ਸੁਣ ਲਿਓ ਤੇ ਦਵਿੰਦਰ ਬੰਬੀਹੇ ਦੀ ਮੌਤ ਹੋ ਜਾਂਦੀ ਹੈ। ਸਵਾਲ ਹੁਣ ਤੁਸੀਂ ਇਹ ਦੇਖੋ ਵੀ ਦਵਿੰਦਰ ਬੰਬੀਹਾ, ਇਹ ਮੈਂ ਤੁਹਾਨੂੰ ਗੱਲਾਂ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਡੀਪਲੀ ਗੱਲਾਂ ਦੇ ਵਿੱਚ ਬਾਹਲਾ ਮੈਂ ਗਿਆ ਨਹੀਂ ਇਹ ਗੱਲਾਂ, ਬਾਕੀ ਮੈਂ ਉਹਨਾਂ ਦੀ ਜਦੋਂ ਮਾਤਾ ਜੀ ਨਾਲ ਮੈਂ ਇੱਕ ਵਾਰ ਫਿਰ ਕਹਿਣਾ ਗਾ ਵੀ ਇੰਟਰਵਿਊ ਕਰੂੰਗਾ ਉਦੋਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਾਂਗੇ। ਦਵਿੰਦਰ ਬੰਬੀਹੇ ਦੀਆਂ ਚੰਡੀਗੜ੍ਹ ਦੇ ਵਿੱਚ ਮੁਲਾਕਾਤਾਂ ਨੇ ਜੰਟੇ ਸਿਆਊ ਨਾਲ। ਜੰਟਾ ਸਿਆਊ ਕੌਣ ਸੀ? ਸੌਦਾਗਰ ਦਾ ਮੇਨ ਬੰਦਾ, ਸੌਦਾਗਰ ਗਰੁੱਪ ਦਾ, ਜਿਹੜਾ ਸੌਦਾਗਰ ਲੱਕੀ ਪਟਿਆਲ ਹੁਣਾਂ ਨੇ ਕਤਲ ਕੀਤਾ ਸੀਗਾ। ਪਰ ਹੁਣ ਇਹ ਦੇਖੋ ਵੀ ਗੱਲਾਂ ਕਿੱਧਰੋਂ ਕਿੱਧਰ ਘੁੰਮ ਕੇ ਚੱਲੀਆਂ ਗਈਆਂ। ਸੋ ਇਹ ਸੀ ਦਵਿੰਦਰ ਬੰਬੀਹੇ ਦੀ ਕਹਾਣੀ। ਤੇ ਜੇ ਦੇਖਿਆ ਜਾਵੇ ਦਵਿੰਦਰ ਬੰਬੀਹੇ ਨੇ ਰੰਗਦਾਰੀਆਂ ਛੋਟੀਆਂ ਮੋਟੀਆਂ ਲਈਆਂ ਨੇਗੀਆਂ, ਉਹ ਰਿਕਾਰਡਿੰਗ ਵੀ ਮੈਂ ਨਾਲ ਅਟੈਚ ਕਰ ਦਿੰਦਾ ਗਾ, ਤੇ ਉਹ ਰੰਗਦਾਰੀਆਂ ਦੇ ਵਿੱਚੋਂ ਕੁਛ ਵੀ ਨਹੀਂ ਦਵਿੰਦਰ ਬੰਬੀਹਾ ਨੇ ਜਾਂ ਕੋਈ ਆਪਦਾ ਘਰ ਦਾ ਬਣਾ ਲਿਆ ਹੋਰ, ਜਾਂ ਕੋਈ ਆਪਦੇ ਪਲੋਟ ਲੈ ਲਏ, ਜਾਂ ਕੁਛ ਹੋਰ ਕਰ ਲਿਆ, ਕੁਛ ਵੀ ਨਹੀਂ ਖੱਟਿਆ। ਜਿੰਨੇ ਕੁ ਉਸ ਕੋਲ ਪੈਸੇ ਆਉਂਦੇ ਸੀਗੇ ਤੇ ਉਹ ਪੈਸਿਆਂ ਦੇ ਵੈਪਨ ਵਗੈਰਾ ਆਪਦੇ ਖਰਚੇ ਵਰਚੇ ਹੀ ਪੂਰੇ ਕਰਦਾ ਸੀਗਾ। ਇੰਨੀ ਕੁ ਸਿਰਫ ਕਹਾਣੀ ਸੀ। ਪਰ ਹੁਣ ਜੇ ਦੇਖਿਆ ਜਾਵੇ ਇੱਕ ਗੱਲ, ਮੈਂ ਅੱਜ ਦੇ ਯੂਥ ਨੂੰ ਕਹਿਣਾ ਚਾਹੁੰਦਾ ਗਾ, ਜੋ ਅੱਜ ਦੀ ਜਨਰੇਸ਼ਨ ਨੂੰ ਕਹਿਣਾ ਚਾਹੁੰਦਾ ਗਾ, 18 ਕਤਲ ਦਵਿੰਦਰ ਬੰਬੀਹੇ ਨੇ ਪਬਲਿਕਲੀ ਮਰਡਰ ਕੀਤੇ ਸੀਗੇ, ਜਿਹੜੇ ਕਤਲਾਂ ਦੀਆਂ FIR ਦਰਜ ਨੇਗੀਆਂ। ਸਵਪਨ ਸ਼ਰਮਾ ਨੇ ਵੀ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਗਾ, ਜੋ ਅੱਜ ਦਾ ਯੂਥ ਇਸ ਰਾਹ ਤੇ ਤੁਰਨਾ ਚਾਹੁੰਦਾ ਗਾ ਜਾਂ ਸਿਰਫ ਇਹ ਚਮਕ ਦਮਕ ਵਾਲੀ ਦੁਨੀਆਂ ਵੱਲ ਦੇਖ ਕੇ ਆਪਦੀ ਘਰ ਦੀ ਬਰਬਾਦੀ ਕਰਨਾ ਚਾਹੁੰਦਾ ਹੈਗਾ, ਉਹ ਇੱਕ ਗੱਲ ਬੈਠ ਕੇ ਜ਼ਰੂਰ ਸੋਚੇ। ਇੰਨੇ ਕਤਲ ਕਰਨ ਵਾਲਾ ਬੰਦਾ, ਇੰਨਾ ਬਰੇਵ ਬੰਦਾ, ਤੇ ਘਰਦਿਆਂ ਤੋਂ ਉਹਦੀ ਮਾਂ ਤੋਂ ਜਾ ਕੇ ਪੁੱਛੋ ਦਵਿੰਦਰ ਬੰਬੀਹੇ ਦੀ ਮੌਤ ਤੋਂ ਬਾਅਦ ਕੌਣ ਆਉਂਦਾ ਹੈਗਾ, ਕੌਣ ਆਉਂਦਾ ਘਰੇ, ਤੁਹਾਨੂੰ ਫਿਰ ਪਤਾ ਲੱਗੂਗਾ। ਇਹ ਜਿਹੜੀ ਚਮਕ ਦਮਕ ਵਾਲੀ ਦੁਨੀਆਂ ਹੁੰਦੀ ਹੈਗੀ, ਬਹੁਤ ਲੋਕ ਨੇ ਜਿਹੜੇ ਤੁਹਾਡੇ ਨਾਲ ਫੋਨ ਤੇ ਗੱਲਾਂ ਕਰਕੇ 5 ਮਿੰਟਾਂ ਦੇ ਵਿੱਚ ਤੁਹਾਡਾ ਮਾਇੰਡ ਵਾਸ਼ ਕਰਕੇ ਤੁਹਾਨੂੰ ਅਸਲੇ ਚੁਕਾ ਦੇਣਗੇ, ਤੁਹਾਡੇ ਤੋਂ ਕੰਮ ਕਰਵਾ ਲੈਣਗੇ, ਪਰ ਬਾਅਦ ਦੇ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਜਦੋਂ ਤੁਸੀਂ ਕਿਸੇ ਬਗਾਨੇ ਦੀ ਗੋਲੀ ਦਾ ਸ਼ਿਕਾਰ ਹੋ ਗਏ ਜਾਂ ਕਿਸੇ ਪੁਲਿਸ ਦੀ ਟੀਮ ਦੀ ਗੋਲੀ ਦਾ ਸ਼ਿਕਾਰ ਹੋ ਗਏ। ਤੁਸੀਂ ਆਪ ਤਾਂ ਖਤਮ, ਤੁਹਾਡਾ ਸਾਰਾ ਪਿੱਛੇ ਪਰਿਵਾਰ ਵੀ ਖਤਮ ਹੋ ਜਾਊਗਾ। ਤੁਸੀਂ ਉਹ ਲੁਧਿਆਣੇ ਸੰਜੂ ਜਿਹੜਾ ਇੱਕ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀਗਾ, ਉਹਦੇ ਪਿਤਾ ਦੀ ਤੁਸੀਂ ਹਾਲਤ ਦੇਖੀ ਸੀ, ਉਹਨੇ ਘਰ ਦਿਖਾਇਆ ਸੀਗਾ ਵੀ ਲੋਕ ਕਹਿੰਦੇ ਮੇਰਾ ਪੁੱਤ ਫਰੌਤੀਆਂ ਮੰਗਦਾ ਸੀ, ਐਕਸਟ੍ਰੋਸ਼ਨਾਂ ਮੰਗਦਾ ਸੀ, ਮੇਰੇ ਘਰ ਦੇ ਹਾਲਾਤ ਦੇਖ ਲਓ ਵੀ ਮੈਂ ਕਿੱਥੇ ਕੁ ਲਾਇਆ ਗਾ। ਸੋ ਮੇਰੀ ਤਾਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਜੋ ਇਹ ਵਰਚਸਪ ਚੱਲ ਰਹੇ ਹੈਗੇ ਵੀ ਜੋ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ, ਜੋ ਬਚ ਗਏ ਆਪਾਂ ਉਹਨਾਂ ਨੂੰ ਤਾਂ ਬਚਾ ਸਕਦੇ ਹਾਂਗੇ।
ਕਿਉਂਕਿ ਜਿਸ ਦਾ ਜਾਂਦਾ ਹੈਗਾ ਉਸ ਨੂੰ ਹੀ ਪਤਾ ਹੈਗਾ ਵੀ ਸਾਡੇ ਘਰ ਦਾ ਕੀ ਨੁਕਸਾਨ ਹੋਇਆ। ਹਰ ਬੰਦਾ ਆਪਦੇ, ਚਾਹੇ ਉਹ ਜਿੰਨਾ ਵੀ ਮਾੜਾ ਹੈਗਾ, ਜਿੰਨਾ ਮਰਜ਼ੀ ਉਹਨੇ ਕੁਛ ਕੀਤਾ ਹੋਵੇ, ਪਰ ਉਹ ਆਪਦੇ ਮਾਂ ਪਿਓ ਲਈ ਚੰਗਾ ਹੀ ਹੁੰਦਾ ਹੈਗਾ। ਸੋ ਬੇਨਤੀ ਆ, ਹੱਥ ਜੋੜ ਕੇ, ਸਾਡੇ ਚੈਨਲ ਦਾ, ਸਾਡੀ ਕਹਾਣੀ ਸੁਣਾਉਣ ਦਾ ਮਕਸਦ ਇਹੀ ਹੁੰਦਾ ਗਾ ਵੀ ਇਹ ਰਾਹ ਚੁਣਨ ਤੋਂ ਪਹਿਲਾਂ ਆਪਦੇ ਮਾਂ ਪਿਓ ਵੱਲ ਜ਼ਰੂਰ ਝਾਤੀ ਮਾਰ ਲਿਆ ਕਰੋ ਵੀ ਉਹਨਾਂ ਨੇ ਤੁਹਾਨੂੰ ਕਿਵੇਂ ਪਾਲਿਆ, ਕਿਵੇਂ ਤੁਹਾਨੂੰ ਪੈਦਾ ਕੀਤਾ ਗਾ, ਉਹਦਾ ਕਾਰਨ ਇਹੀ ਆ। ਹਾਂ, ਜੇ ਲੜਾਈ ਤੇ ਅਣਖ ਤੇ ਗੈਰਤ ਤੇ ਆ ਗਈ ਉਹ ਗੱਲ ਵੱਖਰੀ ਆ, ਕਿਉਂਕਿ ਅੱਜ ਕੱਲ ਏਦਾਂ ਦਾ ਚੱਲਦਾ ਗਾ ਵੀ ਬਸ ਤੂੰ ਮੈਂ, ਬਸ ਆ ਮੈਂ ਦੀ ਭਾਵਨਾ ਦੀਆਂ, ਮੈਂ ਦੀ ਭੁੱਖ ਦੀਆਂ ਲੜਾਈਆਂ, ਉਹ ਅੱਖਾਂ ਕੱਟ ਗਿਆ। ਬਹੁਤ ਮਸਲੇ ਜੇ ਤੁਸੀਂ ਆਪਦੇ, ਬਹੁਤ ਮਸਲੇ ਤੁਸੀਂ ਟੇਬਲ ਟਾਕ ਤੇ ਵੀ ਸੁਲਝਾ ਸਕਦੇ ਹੋ। ਮੈਂ ਇਹ ਨਹੀਂ ਕਹਿੰਦਾ ਗਾ ਵੀ ਹਾਂ ਜੇ ਕੋਈ ਤੁਹਾਡੇ ਤੇ ਚੜ ਕੇ ਆਉਂਦਾ ਜਾਂ ਤੁਹਾਡੀ ਕੋਈ ਗੈਰਤ ਨੂੰ ਵੰਗਾਰਦਾ ਜਾਂ ਝੰਝੋੜਦਾ ਤੁਸੀਂ ਚੁੱਪ ਕਰ ਜਾਓ, ਪਰ ਇਹ ਨਹੀਂ ਹੈਗਾ ਵੀ ਕਿਸੇ ਪਿੱਛੇ ਲੱਗ ਕੇ ਤੁਸੀਂ, ਕੋਈ ਬੰਦਾ ਤੁਹਾਨੂੰ ਕੋਈ ਟਾਰਗੇਟ ਹਿੱਟ ਦਿੰਦਾ ਵੀ ਹਾਂ ਜਾਂ ਕਰਦੇ, ਤੁਸੀਂ ਚੱਕ ਕੇ ਕਰਤਾ, ਅਗਲੇ ਦਾ ਵੀ ਬਰਬਾਦੀ, ਤੁਹਾਡੀ ਵੀ ਬਰਬਾਦੀ, ਮੁੜ ਕੇ ਤੁਹਾਨੂੰ ਵੀ ਕਿਸੇ ਨੇ ਟਿਸ਼ੂ ਵਾਂਗੂ ਪੂੰਝ ਕੇ ਸਿੱਟਤਾ, ਜ਼ਮਾਨਤ ਕਰਾਉਣ ਵੀ ਨਹੀਂ ਆਉਂਦੇ। ਮੈਂ ਉਹ ਬੰਦਿਆਂ ਦੇ ਬੋਡਕਾਸਟ ਕਰੂੰਗਾ ਜਿਹੜੇ ਜਿਹੜੇ ਬੰਦੇ ਕਹਿੰਦੇ ਆ ਕਿ ਸਾਡਾ ਸਭ ਕੁਛ ਵਿਕ ਗਿਆ, ਪਰ ਬਾਈਆਂ ਨੇ ਮੁੜ ਕੇ ਸਾਡੀ ਬਾਤ ਨਹੀਂ ਪੁੱਛੀ। ਜਿਹੜੇ ਬੰਦੇ ਕਹਿੰਦੇ ਆ ਕਿ ਸਾਡੇ ਕੋਲ ਵਕੀਲ ਕਰਨ ਨੂੰ ਪੈਸੇ ਨਹੀਂ ਰਹੇ, ਇਹ ਮੇਰੀਆਂ ਗੱਲਾਂ ਕੌੜੀਆਂ ਨੇਗੀਆਂ ਪਰ ਹੈ ਸੱਚੀਆਂ ਨੇਗੀਆਂ। ਇਹ ਗੱਲਾਂ ਕਾਰਨ ਬਹੁਤ ਲੋਕਾਂ ਨੂੰ ਦੁੱਖ ਲੱਗੂਗਾ। ਜਿਵੇਂ ਤੁਸੀਂ ਕਈ ਇੰਟਰਵਿਊਆਂ ਦੇਖ ਲਓ, ਗੈਂਗਵਾਰ ਜਿਹੜੀ ਹੈਗੀ ਇਹ ਬਹੁਤ ਪਿੱਛੋਂ ਪੋਲੀਟੀਕਲ ਦਾ ਚੱਲ ਰਿਹਾ ਗਾ ਚੱਕਰ ਆ, ਛੋਟੇ ਛੋਟੇ ਹਿੱਸੇ ਆ, ਆਪ ਹੀ ਤੁਹਾਨੂੰ ਮੌਕੇ ਦੇਣਗੇ, ਆਪ ਹੀ ਤੁਹਾਨੂੰ, ਤੁਹਾਡਾ ਉਭਾਰ ਕਰਨਗੇ, ਉਸ ਤੋਂ ਬਾਅਦ ਆਪ ਹੀ ਤੁਹਾਨੂੰ ਡਿਸਟਰੋਏ ਕਰ ਦੇਣਾ ਗਾ ਤੁਹਾਡੀ ਜਗ੍ਹਾ ਜਦੋਂ ਕੋਈ ਹੋਰ ਆ ਗਿਆ। ਸੋ ਬੇਨਤੀ ਆ, ਇਹ ਲਾਈਨ ਦੇ ਵਿੱਚ ਪੈਣ ਤੋਂ ਪਹਿਲਾਂ 100 ਵਾਰ ਸੋਚੋ ਵੀ ਮੇਰੇ ਲਈ ਚੰਗਾ ਕੀ ਆ, ਮੇਰੇ ਲਈ ਮਾੜਾ ਕੀ ਹੈ। ਨਵੇਂ ਦਿਨ ਨਵੀਂ ਖਬਰ ਲੈ ਕੇ ਆਵਾਂਗੇ, ਕੋਈ ਨਵੀਂ ਕਹਾਣੀ ਲੈ ਕੇ ਆਵਾਂਗੇ। ਤਦ ਤੱਕ ਲਈ ਧੰਨਵਾਦ।